ਦੇ ਐਨਆਰਆਈ ਮੰਤਰੀ ਔਰ ਆਸ ਕਰਦੇ ਹਾਂ ਕਿ ਆਉਣ ਵਾਲਾ ਟਾਈਮ ਵੀ ਵਧੀਆ। ਹਾਲਾਂਕਿ ਇਹ ਵੀ ਆਸ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਵਿੱਚੋਂ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਣ ਦਾ ਰੁਝਾਨ ਹੈ ਉਹਨੂੰ ਘੱਟ ਕੀਤਾ ਜਾਵੇ, ਪਰ ਕਿਉਂਕਿ ਪਹਿਲਾਂ ਤੋਂ ਸਾਡੇ ਜਿਹੜੇ ਪੰਜਾਬੀ ਨੇ ਉਹ ਦੁਨੀਆ ਭਰ ਦੇ ਵਿੱਚ ਜਾ ਕੇ ਝੰਡੇ ਗੜਦੇ ਰਹੇ ਨੇ, ਤਾਂ ਉਹਦੀ ਵੀ ਅਸੀਂ ਆਸ ਉਮੀਦ ਕਰਦੇ ਹਾਂ ਕਿ ਦੁਨੀਆ ਦੇ ਹਰ ਕੋਨੇ ਤੇ ਜਾ ਕੇ ਪੰਜਾਬੀਅਤ ਦਾ ਝੰਡਾ ਗੜਦੇ ਰਹਿਣਗੇ ਤੇ ਚੜਾਈ ਇਸੇ ਤਰ੍ਹਾਂ ਬਰਕਰਾਰ ਰਹੇਗੀ ਪੰਜਾਬ ਦੀ। ਜੀ, ਅੱਗੇ ਵਧਾਂਗੇ ਤੇ ਅਸੀਂ ਅਗਲੇ ਸੈਸ਼ਨ ਦੀ ਗੱਲ ਕਰਾਂਗੇ, ਉਹ ਹੈ ਰੈਵਨਿਊ ਦਾ ਰੋਡ ਮੈਪ ਤੇ ਜਿਸ ਦਾ ਜ਼ਿੰਮਾ ਸਾਂਭਿਆ ਹੋਇਆ ਹੈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ, ਤੇ ਮੇਰੇ ਇਸ ਸੈਸ਼ਨ ਨੂੰ ਮੋਡਰੇਟ ਕਰਨਗੇ ਮੇਰੇ ਸਹਿਯੋਗੀ ਨਪਿੰਦਰ ਬਰਾੜ ਤੇ ਪੰਕਜ ਕਪਾਹ। ਜੀ ਸ਼ੁਕਰੀਆ, ਤਾਂ ਗੌਰਵ ਇਧਰ ਜ਼ਿੰਮੇਵਾਰੀ ਤੁਹਾਨੂੰ ਸਾਂਭਣੀ ਪੈਣੀ ਹੈ। ਜੀ ਬਿਲਕੁਲ, ਲਾਜ਼ਮੀ ਤੌਰ ਤੇ, ਔਰ ਦੇਖੋ ਬਹੁਤ ਇੰਪੋਰਟੈਂਟ, ਇਸ ਕਰਕੇ ਵੀ ਇਹ ਪੂਰਾ ਸੈਗਮੈਂਟ ਜਿਹੜਾ ਅਸੀਂ ਨੈਕਸਟ ਕਰਨ ਜਾ ਰਹੇ ਹਾਂ। ਦੇਖੋ ਸਰ, ਬਹੁਤ ਸਾਰੇ ਡਿਪਾਰਟਮੈਂਟ ਅਜਿਹੇ ਹੁੰਦੇ ਨੇ ਜੋ ਖਜ਼ਾਨਾ ਵਾਲੇ ਪਾਸੇ ਨਜ਼ਰ ਰੱਖਦੇ ਨੇ ਕਿ ਉੱਥੋਂ ਸਾਨੂੰ ਕੁਝ ਮਿਲੇਗਾ, ਪਰ ਇੰਪੋਰਟੈਂਟ ਇਹ ਹੈ ਕਿ ਇਹ ਵੇਲੇ ਮੰਤਰਾਲੇ ਦੇ ਉੱਤੇ ਖਜ਼ਾਨਾ ਮੰਤਰਾਲਾ ਵੀ ਨਜ਼ਰ ਰੱਖਦਾ ਕਿ ਉੱਥੋਂ ਸਾਨੂੰ ਰੈਵਨਿਊ ਆਏਗਾ, ਇਸ ਕਰਕੇ ਬਹੁਤ ਇੰਪੋਰਟੈਂਟ ਹੋ ਜਾਂਦਾ। ਔਰ ਖਾਸ ਗੱਲ ਇਹ ਵੀ ਹੈ ਕਿ ਤਰੀਕੇ ਨਾਲ ਜਿਹੜੇ ਸਰਕਾਰ ਦੇ ਕਮਾਊ ਪੁੱਤ ਕਹੇ ਜਾਂਦੇ ਨੇ ਉਹਨਾਂ ਦੇ ਵਿੱਚ ਇਹ ਡਿਪਾਰਟਮੈਂਟ ਆਉਂਦਾ ਹੈ। ਔਰ ਅਸੀਂ ਵੈਲਕਮ ਕਰਾਂਗੇ ਸਾਡੇ ਨਾਲ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ, ਪਲੀਜ਼ ਸਟੇਜ ਦੇ ਉੱਤੇ ਆਉਣਗੇ, ਤਾੜੀਆਂ ਦੇ ਨਾਲ ਇੱਕ ਵਾਰੀ ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ ਏਟੀਨ ਪੰਜਾਬ ਦੇ ਉੱਤੇ ਤੁਹਾਡਾ। ਤਾਂ ਗੱਲਬਾਤ ਲਾਜ਼ਮੀ ਤੌਰ ਤੇ ਹੋਏਗੀ, ਬਹੁਤ ਸਾਰੇ ਲੋਕਾਂ ਦੇ ਸਵਾਲ ਹੁੰਦੇ ਨੇ ਖਾਸ ਤੌਰ ਤੇ ਜਦੋਂ ਰੈਵਨਿਊ ਦੇ ਨਾਲ ਇਹ ਪੂਰਾ ਮਾਮਲਾ ਜੁੜਿਆ ਹੁੰਦਾ। ਗੌਰਵ, ਕਿਸੇ ਵੀ ਸੂਬੇ ਨੂੰ ਇਕਨੋਮਿਕਲੀ ਸਟਰੋਂਗ ਹੋਣਾ ਬੇਹੱਦ ਜ਼ਰੂਰੀ ਹੈ। ਤਾਂ ਰੁੱਖ ਕਰਦੇ ਹਾਂ ਇਸ ਸੈਸ਼ਨ ਦੇ ਲਈ, ਔਰ ਚੱਲਦੇ ਹਾਂ ਸਿੱਧਾ ਸਟੇਜ ਤੇ ਸਾਡੇ ਸਹਿਯੋਗੀ ਨਪਿੰਦਰ ਬਰਾੜ ਤੇ ਪੰਕਜ ਕਪਾਹੀ ਦੇ। ਜੀ ਸ਼ੁਕਰੀਆ ਗੌਰਵ ਤੇ ਸਰਬਜੋਤ। ਤਾਂ ਸਾਡੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਮੌਜੂਦ ਨੇ। ਜਿੰਪਾ ਜੀ, ਤੇ ਜ਼ਿੰਮੇਵਾਰੀਆਂ ਵੱਡੀਆਂ ਨੇ, ਮਾਲ ਮਹਿਕਮਾ ਵੀ ਬੜੀ ਵੱਡੀ ਜ਼ਿੰਮੇਵਾਰੀ ਹੈ, ਤੇ ਇਹ ਤੋਂ ਇਲਾਵਾ ਵਾਟਰ ਤੇ ਸੈਨੀਟੇਸ਼ਨ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਵੇਂ ਸਾਫ਼ ਪਾਣੀ ਦੇਣਾ ਤੇ ਕਿਵੇਂ ਉੱਥੇ ਪਖਾਨਾ ਮੁਕਤ ਜਾਂ ਉੱਥੇ ਸਫਾਈ ਜਾਂ ਸੈਨੀਟੇਸ਼ਨ ਹੈ ਉਹਨੂੰ ਕਿਵੇਂ ਮੈਨੇਜ ਕਰਨਾ, ਇਹ ਵੱਡੀਆਂ ਜ਼ਿੰਮੇਵਾਰੀਆਂ ਨੇ ਜਿੰਪਾ ਜੀ। ਤੇ ਲੋਕਾਂ ਨੂੰ ਬੜੀ ਉਮੀਦ ਹੈ, ਬੜੀ ਆਸ ਹੈ ਕਿ ਕਿਵੇਂ ਪੰਜਾਬ ਹੈ ਜਿਹੜਾ ਉਹ ਤਰੱਕੀ ਦੇ ਰਾਹਾਂ ਤੇ ਚੱਲਦਾ ਜਾਵੇ, ਕਿਉਂਕਿ ਦਾਅਵੇ ਤਾਂ ਲਗਾਤਾਰ ਹੁੰਦੇ ਆਏ ਆ ਪਰ ਲੋਕਾਂ ਦੇ ਸਵਾਲ ਵੀ ਉੱਠਦੇ ਰਹੇ ਆ ਕਿ 70-75 ਸਾਲ ਲੰਘ ਗਏ ਪਰ ਤਰੱਕੀ ਦੇ ਰਾਹ ਤੇ ਅਜੇ ਕਦੋਂ ਕੁ ਚੜ੍ਹਨਾ ਹੈ ਪੰਜਾਬ ਨੇ, ਤਾਂ ਤੁਹਾਡੇ ਤੇ ਜ਼ਿੰਮੇਵਾਰੀ ਹੈ। ਸਭ ਤੋਂ ਪਹਿਲਾਂ ਗੱਲ ਆਪਾਂ ਮਾਲ ਮਹਿਕਮੇ ਦੀ ਕਰਨੀ ਚਾਹਾਂਗੇ ਕਿ ਮਾਲ ਮਹਿਕਮੇ ਦੇ ਵਿੱਚ ਅਨੇਕਾਂ ਸਵਾਲ ਖੜੇ ਹੁੰਦੇ ਰਹੇ ਨੇ, ਮਾਲ ਮਹਿਕਮੇ ਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਵੀ ਜਿਹੜਾ ਹੈਗਾ ਦੇਖਿਆ ਜਾਂਦਾ ਰਿਹਾ। ਮਾਲ ਮਹਿਕਮੇ ਦੇ ਵਿੱਚ ਆਮ ਲੋਕਾਂ ਦੀ ਖੱਜਲ ਖੁਆਰੀ ਬੜੀ ਹੁੰਦੀ ਹੈ, ਕਿਵੇਂ ਸੁਧਾਰ ਕਰੋਗੇ, ਕੀ ਰੋਡ ਮੈਪ ਹੈ ਤੁਹਾਡਾ? ਬਹੁਤ ਹੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਨੁਮਾਈ ਦੇ ਵਿੱਚ ਪੰਜਾਬ ਦੇ ਇੱਕ ਕਾਮਨ ਆਦਮੀ ਦੀ ਹਰੇਕ ਪ੍ਰੋਬਲਮ ਨੂੰ ਹੱਲ ਕਰਨ ਲਈ, ਚਾਹੇ ਉਹ ਮਾਲ ਮਹਿਕਮੇ ਦੀ ਤੁਸੀਂ ਗੱਲ ਕੀਤੀ ਹੈ, ਚਾਹੇ ਪੀਣ ਵਾਲੇ ਮਹਿਕਮੇ ਦੀ ਮੇਰੇ 'ਤੇ ਜ਼ਿੰਮੇਵਾਰੀ ਹੈ ਪਬਲਿਕ ਹੈਲਥ ਦੀ, ਤੁਸੀਂ ਮਾਲ ਮਹਿਕਮੇ ਦੇ ਲਈ ਅਸੀਂ ਸਿਰਫ ਅਸੀਂ ਗੱਲ ਕਰ ਲਈਏ ਪਿਛਲੇ 1.5 ਸਾਲ ਦੇ ਵਿੱਚ ਅਸੀਂ ਘੱਟ ਤੋਂ ਘੱਟ ਆਨਲਾਈਨ ਜਿਹੜੀਆਂ ਸਰਵਿਸਿਸ ਇਸ ਕਰਕੇ ਕੀਤੀਆਂ ਵੀ ਲੋਕਾਂ ਨੂੰ ਡਾਇਰੈਕਟ ਉਹ 'ਚੋਂ ਫਾਇਦਾ ਹੋ ਸਕੇ, ਲੋਕਾਂ ਨੂੰ ਈਵਨ ਦਰਗੀ ਤਹਿਸੀਲਾਂ 'ਚ ਵੀ ਨਾ ਜਾਣਾ ਪਵੇ, ਜਿਹਦੇ ਵਿੱਚ ਅਸੀਂ ਈ ਸਟੰਪ ਪੇਪਰ ਕੀਤਾ, ਜਿਹਦੇ 'ਚ 500 ਰੁਪਏ ਤੱਕ ਦਾ ਸਟੰਪ ਪੇਪਰ ਤੁਸੀਂ ਘਰ ਬੈਠੇ ਕੱਢ ਸਕਦੇ ਹਾਂ।
ਉਹਦੇ ਨਾਲ ਤੁਸੀਂ ਕੋਈ ਕਾਮਨ ਛੋਟਾ ਐਗਰੀਮੈਂਟ ਕਰਨਾ ਲਿਖਦੇ 100 ਰੁਪਏ ਦੇ ਪੇਪਰ ਤੇ ਲਿਖ ਲਿਆ, ਉਹ ਕਰ ਲਿਆ, ਤੁਹਾਨੂੰ ਘਰ ਬੈਠੇ ਅਸੀਂ ਉਹਨੂੰ ਕੱਟ ਸਕਦੇ ਹਾਂ। ਔਰ ਖਾਨਗੀ ਤਕਸੀਮ ਦੇ ਲਈ ਪੋਰਟਲ ਜਾਰੀ ਕੀਤਾ ਗਿਆ, ਜਮ੍ਹਾਂਬੰਦੀ ਲਈ, ਇਹ ਸਾਰੀਆਂ ਚੀਜ਼ਾਂ ਦੇ ਲਈ ਅਸੀਂ ਈ ਸਰਵਿਸਿਸ ਲੈ ਕੇ ਆਉਂਦੀਆਂ, ਜਿਹਦੇ ਨਾਲ ਅੱਜ ਕਾਫੀ ਲੋਕ ਉਹਦਾ ਲਾਭ ਵੀ ਉਠਾ ਰਹੇ ਆ। ਔਰ ਉਹਦੇ ਨਾਲ ਨਾਲ ਮਾਲ ਮਹਿਕਮੇ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ, ਲੰਬੇ ਅਰਸੇ ਤੋਂ ਪਟਵਾਰੀਆਂ ਦੀ ਭਰਤੀ ਨਹੀਂ ਸੀ। ਇਹ ਕਹਿ ਸਕਦੇ ਹਾਂ 1999 ਤੋਂ ਬਾਅਦ ਅਗਰ ਕਿਸੇ ਸਰਕਾਰ ਨੇ ਆ ਕੇ ਭਰਤੀਆਂ ਕੀਤੀਆਂ ਪਟਵਾਰੀਆਂ ਦੀ, ਜਿੱਥੇ ਜ਼ਰੂਰਤ ਸੀਗੀ, ਜਿੱਥੇ ਉਹਨਾਂ ਨੇ ਕੰਮ ਕਰਨਾ ਉਹਨਾਂ ਨੇ ਹੀ ਕੰਮ ਕਰਨਾ, ਜਿਹਦੇ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆ ਆ ਰਹੀਆਂ ਸੀ। 1999 ਤੋਂ ਬਾਅਦ ਪਹਿਲੀ ਸਰਕਾਰ ਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ, ਜਿਹਨੇ ਹੁਣ ਤੱਕ ਤਕਰੀਬਨ 1500 ਤੋਂ ਜ਼ਿਆਦਾ ਪਟਵਾਰੀ ਜਿਹੜੇ ਆ ਭਰਤੀ ਕੀਤੇ ਆ, ਸਾਰੇ ਹੀ ਬਰਸੀਮੇ ਖਾਲੀ ਪਏ ਸੀ। ਇਹ ਆਪਾਂ ਪਟਵਾਰੀਆਂ ਵਾਲੇ ਪਾਸੇ ਵੀ ਜਾਵਾਂਗੇ ਵੀ ਪੰਕਜ, ਮੈਂ ਇਸ਼ੂ ਤੇ ਤਾਂ ਬੜਾ ਜ਼ਰੂਰੀ। ਹਾਂ, ਉਹਦੇ ਨਾਲ ਅਸੀਂ ਅਗਰ ਅੱਜ ਆਨਲਾਈਨ ਸਰਵਿਸ ਵਿੱਚ ਅਸੀਂ ਵਟਸਐਪ ਨੰਬਰ ਜਾਰੀ ਕੀਤਾ, ਜਿਹਦੇ ਵਿੱਚ ਮਹਿਕਮੇ ਦੇ ਪ੍ਰਤੀ ਕਿਸੇ ਦੀ ਕੋਈ ਕੰਪਲੇਂਟ ਹੈ ਉਹਨੂੰ ਹੱਲ ਕਰਨ ਦੇ ਲਈ, ਅਗਰ ਸਾਨੂੰ ਕੋਈ ਕੰਪਲੇਂਟ ਪਾਉਂਦਾ ਉਹਦੇ ਵਿੱਚ 8584900002 ਨੰਬਰ ਹੈ, ਉਹਦੇ 'ਤੇ ਸੰਬੰਧਿਤ ਡਿਪਾਰਟਮੈਂਟ ਅਸੀਂ ਬਿਠਾਇਆ, ਉਹ ਉਹਨਾਂ ਨੂੰ ਜਵਾਬ ਦਿੰਦਾ ਤੁਰੰਤ ਪਈ ਆਹ ਕੰਪਲੇਂਟ ਆ ਇਹਦੇ 'ਤੇ ਆਹ ਮਸਲੇ ਵਿੱਚੋਂ, ਜੇ ਅੱਜ ਤੱਕ 3500 ਕੰਪਲੇਂਟ ਆਈ ਹੈ ਤਾਂ 2200 ਦੇ ਕਰੀਬ ਮਸਲੇ ਜਿਹੜੇ ਹੱਲ ਕੀਤੇ ਜਾ ਚੁੱਕੇ ਆ। ਇੱਦਾਂ ਹੀ NRI ਲਈ ਨੰਬਰ ਜਾਰੀ ਅਸੀਂ ਕੀਤਾ ਆ, ਉੱਥੇ ਵੀ ਸਾਨੂੰ ਕੋਈ ਕੰਪਲੇਂਟਸ ਆਉਂਦੀਆਂ ਉਹਨਾਂ ਨੂੰ ਵੀ ਜਵਾਬ ਦਾ ਰਿਹਾ। ਔਰ ਅੱਜ ਤੁਸੀਂ ਜਿਹੜੀ ਫਰਜ਼ ਆ ਪੂਰੇ ਵਰਲਡ 'ਚ ਬੈਠਿਆਂ ਕਿਤੇ ਵੀ ਫਰਜ਼ ਤੁਸੀਂ ਮੰਗਵਾ ਸਕਦੇ ਆ, ਉਹਦੇ ਲਈ ਵੀ ਇੰਤਜ਼ਾਮ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਰਹਿਨੁਮਾਈ 'ਚ ਕੀਤੇ ਆ। ਜਿੰਪਾ ਜੀ, ਕਿਉਂਕਿ ਤੁਸੀਂ ਜ਼ਿਕਰ ਕੀਤਾ ਕਿ ਇੱਕ ਹੈਲਪਲਾਈਨ ਨੰਬਰ ਜਾਂ ਕੰਪਲੇਂਟ ਨੰਬਰ ਜਿਹੜਾ ਤੁਹਾਡੇ ਵੱਲੋਂ ਜਾਰੀ ਹੋਇਆ, 3500 ਕੰਪਲੇਂਟ ਆਈਆਂ, ਲੇਕਿਨ ਲੜਾਈ ਆਮ ਲੋਕਾਂ ਦੀ ਕਿਸ ਦੇ ਨਾਲ ਹੁੰਦੀ ਹੈ? ਮੌਕੇ ਦੇ ਅਧਿਕਾਰੀਆਂ ਦੇ ਨਾਲ, ਜਿਹੜੇ ਮੌਕੇ ਦੇ ਅਧਿਕਾਰੀ ਨੇ ਪੈਸੇ ਮੰਗਦੇ ਨੇ, ਸਿੱਧੇ ਤੌਰ ਤੇ ਬੰਦ ਹੋ ਗਏ ਜਾਂ ਸਿੱਧੇ ਤੌਰ ਤੇ ਘਟ ਗਏ, ਲੇਕਿਨ ਪਿੱਛੋਂ ਦੀ ਰਾਹ ਜਿਹੜਾ ਵਾ ਉਹ ਅਜੇ ਵੀ ਹੈ। ਲੋਕ ਕਹਿੰਦੇ ਨੇ ਕਿ ਸਾਨੂੰ 5000 ਤੋਂ 25000 50000 ਦੇਣਾ ਮਨਜ਼ੂਰ ਹੈ, ਲੇਕਿਨ ਖੱਜਲ ਖੁਆਰ ਨਹੀਂ ਹੋਣਾ ਚਾਹੁੰਦੇ। ਅਸੀਂ ਇਹ ਨਹੀਂ ਚਾਹੁੰਦੇ ਕਿ ਸੋਮਵਾਰ ਨੂੰ ਕਹਿਣ ਕਿ ਵੀਰਵਾਰ ਆਓ, ਵੀਰਵਾਰ ਨੂੰ ਕਹਿਣ ਕਿ ਅਗਲੇ ਸੋਮਵਾਰ ਆਓ। ਅੱਜ ਵੀ ਇਹ ਦਿੱਕਤ ਆਮ ਲੋਕਾਂ ਦੀ ਸਾਹਮਣੇ ਆਉਂਦੀ ਹੈ। ਇਹ ਅਸਲ ਦੇ ਵਿੱਚ ਨਾ ਜੀ, ਉਹ ਇਹਨਾਂ ਦਾ ਸਵਾਲ ਵੀ ਉਸ ਪਾਸੇ ਜਾਂਦਾ ਤੇ ਲੋਕ ਅਕਸਰ ਕਹਿ ਦਿੰਦੇ ਆ ਕਿ ਅਫਸਰਾਂ ਤੇ ਤੁਸੀਂ ਸਖਤੀ ਕਰ ਦਿੰਦੇ ਆ, ਪਰ ਕਹਿੰਦੇ ਕਿ ਸੱਜਾ ਖੱਬੇ ਦੀ ਰਾਹ ਐਸਾ ਕੱਢ ਲੈਂਦੇ ਆ ਕਿ ਪੰਚਾਂ ਦਾ ਕਿਆ ਸਿਰ ਮੱਥੇ, ਪਰ ਨਾਲ ਉੱਥੇ ਦਾ ਉੱਥੇ ਲੋਕ ਵਿਚਾਰੇ ਫਿਰ ਖੱਜਲ। ਪੰਕਜ ਜੀ, ਇਹਦੇ ਲਈ ਆਪਾਂ ਜਨ ਮਾਲ ਅਦਾਲਤ ਦਾ ਪ੍ਰੋਗਰਾਮ ਸ਼ੁਰੂ ਕੀਤਾ, ਜਿਹਦੇ ਵਿੱਚ ਮੈਂ ਲੁਧਿਆਣੇ 'ਚ ਜਾ ਕੇ ਲੋਕਾਂ ਦੇ ਵਿੱਚ ਬੈਠਾਂ, ਲੋਕਾਂ ਨੂੰ ਕਿਹਾ ਅਗਰ ਤੁਹਾਡੀ ਕੋਈ ਕੰਪਲੇਂਟ ਹੈਗੀ ਕਿਸੇ ਦੇ ਪ੍ਰਤੀ, ਕੋਈ ਅਧਿਕਾਰੀ ਤੁਹਾਨੂੰ ਤੰਗ ਕਰਦਾ ਉਹਦੇ ਲਈ ਲੈ ਕੇ ਆਓ। ਜਲੰਧਰ ਦੇ ਵਿੱਚ ਬੈਠਾਂ ਜਾ ਕੇ, ਇਹ ਪਿਛਲੇ ਸਾਲ ਸ਼ੁਰੂਆਤ ਦੀ ਗੱਲ ਹੈਗੀ, ਉਸ ਤੋਂ ਬਾਅਦ ਦੀ, ਔਰ 800 ਤੋਂ ਜ਼ਿਆਦਾ ਇੰਤਕਾਲ ਉੱਥੇ ਮੌਕੇ 'ਤੇ ਹੋਏ, ਔਰ ਲੋਕਾਂ ਨੂੰ ਕਿਹਾ ਅਗਰ ਕਿਸੇ ਦੇ ਅਧਿਕਾਰੀ ਦੇ ਪ੍ਰਤੀ ਕੰਪਲੇਂਟ ਹੈਗੀ ਹੈ ਮੈਨੂੰ ਦਿਓ ਲਿਆ ਕੇ। ਲੇਕਿਨ ਜੇਕਰ ਪਟਵਾਰੀ ਲੇਟ ਕਰਦਾ ਜਾਂ ਤਹਿਸੀਲਦਾਰ ਲੇਟ ਕਰਦਾ, ਕਿਵੇਂ ਲੋਕ ਜਿਹੜੇ ਉਹ ਸੁਣਨਾ ਚਾਹੁੰਦੇ ਨੇ ਕਿ ਦੇਰੀ ਨਾ ਹੋਵੇ ਜਾਂ ਲੇਟ ਕਰਨ 'ਤੇ ਕਿਵੇਂ ਉਸਦਾ ਹੱਲ ਕੀ ਹੈ? ਦੇਖੋ, ਉਹਦੇ ਲਈ ਅਗਰ ਕੋਈ ਅਧਿਕਾਰੀ ਲੇਟ ਕਰਦਾ, ਦੇਖੋ ਉਹਦੇ ਲਈ ਲੋਕਾਂ ਨੂੰ ਮੈਂ ਇੱਕ ਤੁਹਾਡੇ ਰਾਹੀਂ ਬੇਨਤੀ ਕਰਦੀ ਜਾਂਦਾ, ਮੁੱਖ ਮੰਤਰੀ ਦਾ ਸਖ਼ਤ ਆਦੇਸ਼ ਹੈ ਵੀ ਅਗਰ ਕੋਈ ਅਧਿਕਾਰੀ ਉਹਨਾਂ ਨੂੰ ਤੰਗ ਕਰਦਾ, ਚੱਕਰ ਪਵਾਉਂਦਾ, ਤੇ ਅਗਰ ਇੱਕ ਵਾਰੀ ਚੱਕਰ ਪਵਾਏਗਾ, ਨੈਕਸਟ ਚੱਕਰ ਦੇ ਇੱਕ ਦਿਨ ਹੁੰਦਾ, ਕੰਪਲੇਂਟ ਕਰੋ,
ਨੰਬਰ ਦੇ ਉੱਤੇ ਵੀ ਇਸ ਅਧਿਕਾਰੀ ਕੋਲ ਅਸੀਂ ਗਏ ਸੀ, ਸਾਡਾ ਕੰਮ ਜੈਨੂਅਨ ਹੈ, ਲੀਗਲ ਹੈ। ਅਗਰ ਕੋਈ ਬੰਦਾ ਪੈਸੇ ਇਲੀਗਲ ਕੰਮ ਲਈ ਦਿੰਦਾ ਤਾਂ ਉਹਦੇ ਲਈ ਕਿਸੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਆਉਂਦੀ। ਸੋ ਇਸ ਕਰਕੇ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ, ਕਿਸੇ ਤਹਿਸੀਲ 'ਚ ਇੱਕ ਰੁਪਈਆ ਦੇਣ ਦੀ ਵੀ ਲੋੜ ਨਹੀਂ ਹੈ ਕਿਸੇ ਨੂੰ। ਉਹਦੀ ਜ਼ਿੰਮੇਵਾਰੀ ਜਿਹੜੀ ਹੈ ਮੈਂ ਸਰਕਾਰ ਵੱਲੋਂ ਆਪਣੇ ਉੱਤੇ ਲੈਣਾ ਵੀ ਅਗਰ ਕੋਈ ਅਧਿਕਾਰੀ ਤੁਹਾਨੂੰ ਕਿਸੇ ਤਰ੍ਹਾਂ ਦਾ ਪੈਸਾ ਮੰਗਦਾ ਤੁਸੀਂ ਭੇਜੋ, ਤੁਰੰਤ ਉਹਦੇ ਖਿਲਾਫ ਕਾਰਵਾਈ ਹੋਏਗੀ। ਇੱਕ ਤੁਸੀਂ ਇੰਤਕਾਲ ਨੂੰ ਲੈ ਕੇ ਕੈਂਪ ਜਿਹੜੇ ਲਾਉਣੇ ਸ਼ੁਰੂ ਕੀਤੇ ਆ ਜੀ, ਦੋ ਕੈਂਪ ਲੱਗ ਗਏ, ਵੱਡਾ ਦਾਅਵਾ ਵੀ ਕੀਤਾ ਜਾ ਰਿਹਾ, ਪਰ ਇਹ ਕੈਂਪ ਲਾਉਣ ਦੀ ਨੌਬਤ ਕਿਉਂ ਆਈ? ਇਹ ਆਪਦੇ ਆਪ 'ਚ ਇੱਕ ਵੱਡਾ ਸਵਾਲ ਹੈ ਕਿ ਜਿਹੜਾ ਇੱਕ ਸਿਸਟਮ ਦੇ ਵਿੱਚ ਆਲਰੇਡੀ ਚੀਜ਼ਾਂ ਬਣੀਆਂ ਹੋਈਆਂ ਨੇ, ਉਹ ਸਿਸਟਮ ਦੇ ਵਿੱਚ ਉਹ ਚੀਜ਼ਾਂ ਹੋ ਕਿਉਂ ਨਹੀਂ ਰਹੀਆਂ? ਕੈਂਪ ਤੁਸੀਂ ਲਾਤਾ, ਇੱਕ ਵਾਰੀ ਹੋ ਗਏ, ਇਹ ਅੱਗੇ ਤੋਂ ਕੈਂਪ ਲਾਉਣੇ ਹੀ ਨਾ ਪੈਣ, ਐਸਾ ਕੋਈ ਪ੍ਰਬੰਧ ਕੀਤਾ ਜਾ ਰਿਹਾ ਕਿ ਜਿਹੜਾ ਪ੍ਰੋਸੈਸ ਆਲਰੇਡੀ ਬਣਿਆ ਹੋਇਆ ਡਿਪਾਰਟਮੈਂਟ ਦੇ ਵਿੱਚ, ਫੀਸ ਆਲਰੇਡੀ ਭਰੀ ਹੋਈ ਹੈ, ਫਿਰ ਕਿਉਂ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਵੇ, ਕਿਉਂ ਗੇੜੇ ਲਾਉਣੇ ਪੈਣ? ਬਿਲਕੁਲ ਤੁਹਾਡਾ ਸਹੀ ਕੁਐਸਚਨ ਹੈ, ਲੇਕਿਨ ਅਸੀਂ ਸਾਨੂੰ ਦੇਖਣ ਵਿੱਚ ਆਇਆ ਹੁਣ ਕੈਂਪ ਲਾਉਣ ਦੇ ਉੱਤੇ ਵੀ ਸੰਨ 2000 ਤੋਂ ਵੀ ਲੋਕਾਂ ਦੇ ਇੰਤਕਾਲ ਪੈਂਡਿੰਗ ਪਏ ਸੀ। ਉਹਦੇ ਲਈ ਮਸਲਿਆਂ ਨੂੰ ਲੰਬਾ ਲਟਕਾਇਆ ਜਾ ਰਿਹਾ ਸੀ, ਕਿਸੇ ਨੂੰ ਕਹਿੰਦਾ ਖਸਰਾ ਨੰਬਰ ਹੈ ਨਹੀਂ, ਤੇਰੇ ਚਾਹ ਕਮੀ ਇੰਤਕਾਲ 'ਚ ਰਜਿਸਟਰੀ ਉਹਨੇ ਕਰਾ ਲਈ, ਸਰਕਾਰ ਨੂੰ ਫੀਸ ਦੇ ਦਿੱਤੀ, ਸਭ ਕੁਛ ਕਰ ਦਿੱਤਾ, 45 ਦਿਨ 'ਚ ਉਹਦਾ ਇੰਤਕਾਲ ਚੜ੍ਹਨਾ ਚਾਹੀਦਾ, ਉਹ ਰੈਵਨਿਊ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਆਉਂਦੀ ਹੈ। ਲੇਕਿਨ ਫਿਰ ਉਹੀ ਗੱਲ ਆ ਗਈ ਕਿਉਂਕਿ ਇਹ ਚੀਜ਼ਾਂ ਲੰਬੇ ਅਰਸੇ ਤੋਂ ਵਿਗੜੀਆਂ ਸੀਗੀਆਂ। ਲੇਕਿਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਖੁਦ ਜਾ ਕੇ ਤਹਿਸੀਲਾਂ ਦੇ ਵਿੱਚ ਮੈਂ ਬਹਿਨਾ ਪਿਆ ਜਾ ਕੇ, ਔਰ ਮਾਨਯੋਗ ਮੁੱਖ ਮੰਤਰੀ ਨੇ ਖੁਦ ਬਿਨਾਂ ਕਿਸੇ ਨੂੰ ਦੱਸਿਆ, ਜਿੱਦਾਂ ਹੁਣ ਪਿਛਲੇ ਦਿਨੀ ਹੁਸ਼ਿਆਰਪੁਰ ਦੀ ਤਹਿਸੀਲ ਵਿਜ਼ਿਟ ਕੀਤੀ ਖਾਸ ਤੌਰ 'ਤੇ, ਜਿਹਦਾ ਅਧਿਕਾਰਿਕ ਤੌਰ 'ਤੇ ਕਿਸੇ ਨੂੰ ਮੈਨੂੰ ਪਤਾ ਸੀ, ਮੈਨੂੰ ਵੀ ਨਹੀਂ ਸੀ ਪਤਾ, ਔਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਕੇ ਤੁਸੀਂ ਗੱਲ ਕੀਤੀ ਨਾ ਕਿ ਜਿੱਦਾਂ ਕਹਿੰਦੇ ਨਾ ਕਿ ਹਮੇਸ਼ਾ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ, ਇੱਕ ਪੰਜਾਬੀ ਦੀ ਕਹਾਵਤ ਵੀ ਕਹਿੰਦੇ ਇੱਕ ਕਾਮ ਮਾਰ ਕੇ ਟੰਗਣਾ ਪੈਂਦਾ ਤਾਂ ਕਿ ਦੂਜਿਆਂ ਨੂੰ ਪਤਾ ਲੱਗ ਜਾਵੇ ਵੀ ਨਿਬੜਦਾ ਕਿਵੇਂ ਹੈ। ਤੁਸੀਂ ਹੁਣ ਕਹਿ ਰਹੇ ਹੋ ਕਿ 2000 ਤੋਂ ਇੰਨਾ ਲੰਬਾ ਟਾਈਮ ਹੋ ਗਿਆ ਕਿ ਇੰਤਕਾਲ ਪੈਂਡਿੰਗ ਸੀਗੇ, ਇਹ ਚੀਜ਼ਾਂ ਕਿਤੇ ਤਾਂ ਗੜਬੜ ਹੋਈ, ਇਹਦੇ ਲਈ ਜ਼ਿੰਮੇਵਾਰ ਕੌਣ ਸੀ? ਜੇ ਕੋਈ ਅਫਸਰ ਕੋਈ ਅਧਿਕਾਰੀ ਜ਼ਿੰਮੇਵਾਰ ਸੀ, ਉਹਨਾਂ ਦੀ ਵੀ ਆਈਡੈਂਟੀਫਿਕੇਸ਼ਨ ਕੀਤੀ ਜਾ ਰਹੀ ਹੈ, ਉਹਨਾਂ ਦੀ ਵੀ ਲਿਸਟ ਤਿਆਰ ਹੋ ਰਹੀ ਹੈ, ਕੋਈ ਕਾਰਵਾਈ ਹੋਵੇਗੀ ਤਾਂ ਕਿ ਅੱਗੇ ਤੋਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਅੱਗੇ ਤੋਂ ਨੌਬਤੀ ਨਾ ਆਵੇ? ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ, ਇਹਦੇ ਲਈ ਲੋਕਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ। ਪਹਿਲੀ ਗੱਲ ਤਾਂ ਇਹ ਆ, ਮੈਂ ਜਿੱਦਾਂ ਪਹਿਲਾਂ ਗੱਲ ਕਹੀ ਹੈ ਵੀ ਲੋਕ ਖੁਦ ਅੱਗੇ ਆਉਣ, ਜ਼ਿੰਮੇਵਾਰ ਅਧਿਕਾਰੀ ਦੇ ਖਿਲਾਫ਼ ਤੁਰੰਤ ਕਾਰਵਾਈ ਕੀਤੀ ਜਾਏਗੀ, ਪਹਿਲੀ ਗੱਲ ਤਾਂ ਇਹ ਆ, ਉਹਨੂੰ ਕਿਸੇ ਹਾਲ 'ਚ ਬਖਸ਼ਿਆ ਨਹੀਂ ਜਾਏਗਾ, ਚਾਹੇ ਉਹ ਪੈਸੇ ਮੰਗਦਾ, ਚਾਹੇ ਉਹ ਡਿਲੇ ਦੇ ਨਾਂ ਦੇ ਉੱਤੇ ਪੈਸੇ ਮੰਗਣਾ ਚਾਹੁੰਦਾ। ਔਰ ਦੂਜੀ ਗੱਲ ਹੈ ਵੀ ਇਹ ਕੈਂਪ ਪਲਾਨ ਦੀ ਨੌਬਤ ਸੀ ਵੀ ਲਟਕਾਏ ਜਾ ਰਹੇ ਸੀ ਮਸਲੇ ਕਿਸੇ ਲੀਗਲੀ ਲੋਕਾਂ ਨੂੰ, ਲੇਕਿਨ ਅਸੀਂ ਮੁੱਖ ਮੰਤਰੀ ਜੀ ਨੇ ਆਦੇਸ਼ ਦਿੱਤਾ ਛੁੱਟੀ ਵਾਲੇ ਦਿਨ ਅਸੀਂ ਕੈਂਪ ਲਾਇਆ। ਪਿਛਲੇ ਸ਼ਨੀਵਾਰ ਇਹਨਾਂ ਦੀ ਛੁੱਟੀ ਹੁੰਦੀ ਰੈਵਨਿਊ ਡਿਪਾਰਟਮੈਂਟ ਸਾਰੇ ਡਿਪਾਰਟਮੈਂਟਾਂ ਦੀ, ਲੇਕਿਨ ਉਹਨਾਂ ਨੇ ਉਹਦੇ ਵਿੱਚ 31,500 ਤੋਂ ਜ਼ਿਆਦਾ ਇੰਤਕਾਲ ਸੀਗੇ, ਜਿਹਦੇ 'ਚ 7 ਤੋਂ ਜ਼ਿਆਦਾ ਤਹਿਸੀਲਾਂ ਮੈਂ ਵਿਜ਼ਿਟ ਕੀਤੀਆਂ ਮੌਕੇ ਦੇ ਉੱਤੇ ਜਾ ਕੇ। ਔਰ ਉਸ ਤੋਂ ਬਾਅਦ ਮੁੱਖ ਮੰਤਰੀ ਜੀ ਦਾ ਫਿਰ ਦੁਬਾਰਾ ਨਾਲ ਹੀ ਆਦੇਸ਼ ਆ ਗਿਆ ਸੀ, ਉਹ ਅੱਛਾ ਉਹਦਾ ਰਿਜ਼ਲਟ ਦੇਖਦੇ ਹਾਂ ਵੀ ਦੁਬਾਰਾ ਇਹਨੂੰ 15 ਤਰੀਕ ਨੂੰ ਰਿਪੀਟ ਕੀਤਾ ਜਾਵੇ। ਹੁਣ ਤੱਕ ਸਵਾਲ ਅਸੀਂ ਆਮ ਲੋਕਾਂ ਦੇ ਹਿਸਾਬ ਨਾਲ ਪੁੱਛ ਰਹੇ ਸੀ ਜੋ ਉਹਨਾਂ ਦੇ ਸਵਾਲ ਸੀ, ਲੇਕਿਨ ਦੂਜਾ ਪੱਖ ਪਟਵਾਰੀ ਐਸੋਸੀਏਸ਼ਨ, ਤਹਿਸੀਲਦਾਰ, ਉਹਨਾਂ ਤੋਂ ਵੀ ਅਸੀਂ ਸਵਾਲ ਕਰੀਦੇ ਆ ਕਿ ਕਿਉਂ ਦੇਰੀ ਕਰਦੇ ਹੋ, ਕਿਉਂ ਲੋਕਾਂ ਨੂੰ ਲਟਕਾਉਂਦੇ ਹੋ? ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਕੋਲ ਏਰੀਆ ਜ਼ਿਆਦਾ, ਅਸੀਂ ਸਾਨੂੰ ਵੱਖ ਵੱਖ ਥਾਵਾਂ ਤੇ ਜਾਣਾ ਪੈਂਦਾ, ਇਸ ਵਜ੍ਹਾ ਕਰਕੇ ਮੰਗਲਵਾਰ ਤੋਂ ਸ਼ੁੱਕਰਵਾਰ, ਸ਼ੁੱਕਰਵਾਰ ਤੋਂ ਮੰਗਲਵਾਰ ਦਾ ਸਮਾਂ ਦੇਣਾ ਪੈਂਦਾ। ਹੁਣ ਕੋਈ ਹੋਰ ਹੈ ਤੁਹਾਡਾ ਕੋਈ ਪਲਾਨ ਕਿ ਇੰਨੇ ਜ਼ਿਆਦਾ ਹੋਰ ਪਟਵਾਰੀ ਜਾਂ ਤਹਿਸੀਲਦਾਰ ਭਰਤੀ ਕਰਾਂਗੇ ਤਾਂ ਕਿ ਜੇ ਪੂਰੇ ਹੋਣਗੇ ਤਾਂ ਹੀ ਲੋਕਾਂ ਨੂੰ ਖੱਜਲ ਖੁਆਰ ਨਹੀਂ ਹੋਣਾ ਪਏਗਾ? ਧੰਨਵਾਦ ਜੀ, ਵੀ ਉਹ ਕਹਿੰਦੇ ਖਤਮ ਹੋ ਜਾਏ।
ਦੇਖੋ 4600 ਤੋਂ ਜ਼ਿਆਦਾ ਪਟਵਾਰ ਸਰਕਲ ਹੈ, 3600 ਪੋਸਟਾਂ ਸੈਂਕਸ਼ਨ ਹੈ ਇਹਦੇ ਲਈ। ਔਰ ਮੈਂ ਕਹਿ ਸਕਦਾ 1980 ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਪਹਿਲੀ ਸਰਕਾਰ ਆਉਣੀ ਹੈ ਜਿਹਨੇ ਸਾਰੀਆਂ ਪੋਸਟਾਂ ਭਰਨੀਆਂ, ਤੁਸੀਂ ਕਦੇ ਚੈੱਕ ਕਰ ਸਕਦੇ ਸਰਕਾਰ ਦੇ ਰਿਕਾਰਡ 'ਚ ਜਾ ਕੇ। ਤੋ ਇਹ ਮੈਂ ਕਹਿ ਸਕਦਾ ਸਰਕਾਰ ਦੀ ਇੱਕ ਵੱਡੀ ਹੋਣੀ ਹੈ, ਤਾਂ ਕਿ ਲੋਕਾਂ ਨੂੰ ਕੱਲ੍ਹ ਕੋ ਬਹਾਨੇਬਾਜ਼ੀ ਨਾ ਹੋ ਸਕੇ ਵੀ ਮੈਂ ਨਹੀਂ ਸੀਗਾ ਜਾਂ ਸਾਡੇ ਕੋਲ ਨਫ਼ਰੀ ਦੀ ਕਮੀ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਇਹਦੇ ਨਾਲ ਰਿਲੇਟਡ ਸੀਗੀਆਂ। ਅੱਜ ਹੁਣ ਜਿਹੜਾ ਹੁਣ ਕਿਉਂਕਿ ਅਸੀਂ ਡੇਢ ਸਾਲ ਜਿਹੜਾ ਕਿਸੇ ਚੀਜ਼ਾਂ ਨੂੰ ਠੀਕ ਕਰਨ ਨੂੰ ਵੀ ਲੱਗਾ। ਉਹ ਕਹਿ ਰਹੇ ਕਹਿੰਦੇ ਕਿ ਭੱਤੇ ਵੀ ਬੜੇ ਘੱਟ ਨੇ, ਪਤਾ ਨਹੀਂ ਦਫ਼ਤਰ ਦਾ ਕਿਰਾਇਆ 150 ਰੁਪਏ ਰੱਖਿਆ, 50 ਰੁਪਏ ਰੱਖੇ ਆ, ਕੁਛ ਇਸ ਤਰੀਕੇ ਨਾਲ ਬੜੇ ਭੱਤੇ ਪੁਰਾਣੇ ਟਾਈਮ ਤੋਂ ਬਹੁਤ ਘੱਟ ਚੱਲਦੇ ਪਏ ਨੇ। ਉਸ ਹਿਸਾਬ ਨਾਲ ਸਾਡੀ ਕੈਲਕੂਲੇਸ਼ਨ ਬੈਠਦੀ ਨਹੀਂ ਹੈ ਜੋ ਪਟਵਾਰੀ ਕਹਿੰਦੇ ਨੇ। ਨਹੀਂ ਦੇਖੋ ਪਟਵਾਰੀਆਂ ਨੂੰ ਸਾਰਿਆਂ ਨੂੰ ਇਸ ਸਰਕਾਰ ਦੇ ਵਿੱਚ ਲੈਪਟਾਪ ਦਿੱਤੇ ਗਏ ਆ ਹਰੇਕ ਪਟਵਾਰੀ ਨੂੰ, ਔਰ ਲੇਟੈਸਟ ਚੀਜ਼ਾਂ ਦਿੱਤੀਆਂ ਗਈਆਂ। ਕੋਈ ਵੀ ਐਸੀ ਚੀਜ਼ ਨਹੀਂ। ਸਭ ਤੋਂ ਵੱਡੀ ਗੱਲ ਹੈ ਤਕਰੀਬਨ 190 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਤਹਿਸੀਲਾਂ ਨੂੰ ਅਪਡੇਟ ਰੱਖਣ ਕਰਨ ਦੇ ਲਈ ਮੁੱਖ ਮੰਤਰੀ ਜੀ ਨੇ ਜਾਰੀ ਕੀਤੀ ਹੈ, ਤਾਂ ਕਿ ਜਿਹੜਾ ਉੱਥੇ ਜਾਵੇ। ਅਸੀਂ ਦੇਖਦੇ ਤਹਿਸੀਲਾਂ ਦੇ, ਅੱਜ ਮੈਂ ਕਈ ਤਹਿਸੀਲਾਂ 'ਚ ਵਿਜ਼ਿਟ ਕਰਕੇ ਆਇਆ ਸੀਗਾ, ਕਈਆਂ ਜਗ੍ਹਾ 'ਤੇ ਤਾਂ ਬਾਥਰੂਮ ਵੀ ਹੈ ਨਹੀਂ, ਲੇਕਿਨ ਉਹ ਕੰਮ ਚੱਲ ਰਿਹਾ ਹੁਣ ਕਿਉਂਕਿ ਡੈਫੀਨੇਟਲੀ ਹੈ ਉਹਦਾ ਕੰਮ ਉਹਦੇ 'ਤੇ ਹੋ ਰਿਹਾ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਠੀਕ ਹੋ ਰਹੀਆਂ, ਔਰ ਤੁਹਾਨੂੰ ਜਲਦ ਜਿਹੜਾ ਹੈ ਇਹਦੇ ਰਿਜ਼ਲਟ ਜਿਹੜੇ ਆ ਬਹੁਤ ਅੱਛੇ ਨਜ਼ਰ ਆਊਗੇ। ਲੋਕ ਕਿਸੇ ਕਿਸਮ ਦੀ ਲੋਕਾਂ ਨੂੰ ਤਹਿਸੀਲ ਦੇ ਅੰਦਰ ਹਰਾਸਮੈਂਟ ਨਹੀਂ ਹੋਏਗੀ। ਇਹ ਸਰਕਾਰ ਮੁੱਖ ਮੰਤਰੀ ਜੀ ਨੇ ਇਹ ਚੀਜ਼ਾਂ ਬਿਲਕੁਲ ਡਿਪਾਰਟਮੈਂਟ ਦੇ ਮੂਹਰੇ ਰੱਖੀਆਂ। ਜੀ ਭਾਜੀ ਤੁਹਾਡੇ ਕੋਲ ਦੂਜਾ ਮਹਿਕਮਾ ਬੜਾ ਜ਼ਿੰਮੇਵਾਰੀ ਵਾਲਾ ਹੈ ਕਿ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਸਾਫ਼ ਪਾਣੀ ਕਿਵੇਂ ਮਿਲੇ ਪੀਣ ਨੂੰ, ਕਿਉਂਕਿ ਕਹਿੰਦੇ ਕਿ ਪਾਣੀ ਵੀ ਇੱਕ ਵੱਡੀ ਸਮੱਸਿਆ, ਜੇ ਪੀਣ ਵਾਲਾ ਪਾਣੀ ਵੀ ਸਾਫ਼ ਹੋਏਗਾ ਤਾਂ ਲੋਕ ਤੰਦਰੁਸਤ ਕਿਵੇਂ ਰਹਿਣਗੇ। ਪਿੰਡਾਂ ਦੀ ਜ਼ਿੰਮੇਵਾਰੀ ਤੁਹਾਡੇ ਕੋਲ ਹੈ, ਮੈਂ ਮਾਲਵੇ ਤੋਂ ਆਉਣਾ ਫਰੀਦਕੋਟ ਤੋਂ, ਤਾਂ ਇੱਧਰ ਜ਼ਮੀਨੀ ਪਾਣੀ ਜਿਹੜਾ ਹੈਗਾ ਕੋਈ ਬਹੁਤਾ ਵਧੀਆ ਨਹੀਂ ਗਾ, ਸਾਡਾ ਪਿੰਡ ਖਾਰਾ, ਉਹਦਾ ਨਾਂ ਵੀ ਖਾਰਾ ਅਤੇ ਪਾਣੀ ਵੀ ਥੱਲੇ ਖਾਰਾ। ਤੁਸੀਂ ਪਰੇ ਮੁਕਤਸਰ ਨੂੰ ਚਲੇ ਜਾਓ, ਤੁਸੀਂ ਫਾਜ਼ਿਲਕਾ ਅਬੋਹਰ ਸਾਈਡ ਚਲੇ ਜਾਓ, ਪਰੇ ਨੂੰ ਤਾਂ ਯੂਰੇਨੀਅਮ ਵਧਣਾ ਸ਼ੁਰੂ ਹੋ ਜਾਂਦਾ ਅਤੇ ਪਾਣੀ ਦਾ ਬੁਰਾ ਹਾਲ ਹੋ ਜਾਂਦਾ, ਉੱਧਰ ਨੂੰ ਤਾਂ ਮੈਨੂੰ ਲੱਗਦਾ ਉਸ ਪਾਣੀ ਨਾਲ ਤੁਸੀਂ ਨਹਾ ਵੀ ਨਹੀਂ ਸਕਦੇ। ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ਼ ਕਿਵੇਂ ਮਿਲੇਗਾ, ਉਹਦੇ ਲਈ ਕੋਈ ਤਿਆਰੀ ਕੀਤੀ ਜਾ ਰਹੀ? ਹਾਲਾਂਕਿ ਪਹਿਲਾਂ ਵੀ ਕਿਹਾ ਜਾ ਰਿਹਾ ਕਿ ਪਾਈਪਾਂ ਜ਼ਰੂਰ, ਵਾਟਰ ਵਰਕਸ ਤਾਂ ਦੇਖਦੇ ਆ ਪਿੰਡਾਂ 'ਚ, ਪਾਣੀ ਨਹੀਂ ਆਉਂਦਾ ਉਹਨਾਂ 'ਚੋਂ, ਕਦੋਂ ਆਉਣਾ ਸ਼ੁਰੂ ਹੋਏਗਾ ਅਤੇ ਸਾਫ਼ ਕਦੋਂ ਆਏਗਾ? ਦੇਖੋ ਸਰਫੇਸ ਵਾਟਰ ਦੇ ਅਧੀਨ ਲੋਕਾਂ ਨੂੰ ਤਾਂ ਕਿ ਕਿਉਂਕਿ ਜ਼ਮੀਨੀ ਪਾਣੀ ਖਰਾਬ ਹੈ ਇਹ ਸਾਰੀਆਂ ਬੈਲਟਾਂ ਦਾ, ਤੁਸੀਂ ਫਰੀਦਕੋਟ ਦੀ ਗੱਲ ਕੀਤੀ ਹੈ, ਅਬੋਹਰ, ਫਜ਼ਿਲਕਾ, ਬਠਿੰਡਾ ਦੇ ਨਾਲ ਲੱਗਦਾ ਏਰੀਆ, ਫਿਰੋਜ਼ਪੁਰ ਦੇ ਨਾਲ ਲੱਗਦੀ ਬੈਲਟ ਜਿਹੜੀ ਹੈ ਜ਼ਮੀਨੀ ਪਾਣੀ ਬਹੁਤ ਜ਼ਿਆਦਾ ਖਰਾਬ ਹੈ, ਔਰ ਇਹਦੇ ਲਈ ਤਕਰੀਬਨ ਇਸ ਸਰਕਾਰ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ 2200 ਕਰੋੜ ਰੁਪਏ ਤੋਂ ਜ਼ਿਆਦਾ ਦੇ ਸਰਫੇਸ ਵਾਟਰ ਦੇ ਪ੍ਰੋਜੈਕਟ ਚੱਲ ਰਹੇ ਹੈ, ਜਿਹਦੇ ਵਿੱਚ 15 ਦੇ ਕਰੀਬ ਵੱਡੇ ਪ੍ਰੋਜੈਕਟ ਚੱਲਦੇ ਪਏ, ਜਿਹ 'ਚ ਮੋਗੇ ਦਾ ਪ੍ਰੋਜੈਕਟ ਪਹਿਲਾਂ ਪੂਰਾ ਕੀਤਾ ਗਿਆ ਸੀ, 1400 ਦੇ ਕਰੀਬ ਇੱਦਾਂ ਦੇ ਪਿੰਡ ਆ, 1376 ਦੇ ਕਰੀਬ ਪਿੰਡ ਇੱਦਾਂ ਦੇ ਆ ਜਿੱਥੇ ਪਾਣੀ ਪੀਣ ਲਾਇਕ ਵੀ ਨਹੀਂ ਹੈ, ਨਹਾਉਣ ਲਾਇਕ ਵੀ ਨਹੀਂ ਹੈ, ਔਰ ਉਹਨਾਂ ਨੂੰ ਪਹਿਲਾਂ ਸਰਫੇਸ ਵਾਟਰ ਨਾਲ ਜੋੜਿਆ ਜਾ ਚੁੱਕਾ, ਬਹੁਤ ਸਾਰਿਆਂ ਨੂੰ ਜੋੜਿਆ ਜਾ ਰਿਹਾ, ਔਰ ਜਿੱਥੇ ਆਰੋ ਬੰਦ ਪਏ ਸੀਗੇ, ਮੈਂ ਪਹਿਲਾਂ ਵੀ ਤੁਹਾਡੇ ਇਸ ਮੰਚ ਤੋਂ ਗੱਲ ਕੀਤੀ ਸੀ ਵੀ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਮੁੱਖ ਮੰਤਰੀ ਜੀ ਨੂੰ ਉਹਨਾਂ ਦੇ ਪਿੰਡਾਂ ਦੇ ਨਾਂ ਵੀ ਜਵਾਨੀ ਯਾਦ ਸੀ, ਜਦੋਂ ਕਿ ਉਹ ਰਾਜਨੀਤੀ ਦੇ ਵਿੱਚ ਵੀ ਨਹੀਂ ਸੀਗੇ, ਸਿਰਫ ਇੱਕ ਮਸ਼ਹੂਰ ਪਰਸਨੈਲਿਟੀ ਸੀ। ਉਸ ਵੇਲੇ ਉਹਨਾਂ ਨੇ ਜਦੋਂ ਅਸੀਂ ਪਹਿਲੀ ਵਾਰੀ ਉਹਨਾਂ ਨਾਲ ਬੈਠੇ ਸੀ, ਤੁਰੰਤ ਉਹਨਾਂ ਨੇ ਸਾਰੇ ਪਿੰਡਾਂ ਦਾ ਨਾਂ ਲਿਆ ਸੀ ਜ਼ਬਾਨੀ, ਔਰ ਸਾਡੀ ਸਾਰੀ ਟੀਮ ਜਾ ਕੇ ਪਬਲਿਕ ਹੈਲਥ 'ਚ ਜਾ ਕੇ ਉਹਨਾਂ ਪਿੰਡਾਂ 'ਚ ਜਾ ਕੇ ਆਏ ਸੀ, ਅਸੀਂ ਆਰ ਓ ਦੇਖਿਆ ਸੀ ਉੱਥੇ ਚੱਲਦੇ ਪਏ ਆ, ਕਮਿਊਨਿਟੀ ਆਰ ਓ ਸੀਗੇ,
ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਸਾਡੇ ਕੋਲ ਸਰਪੰਚਾਂ ਦੀਆਂ ਬਾਅਦ ਚੋਂ ਚਿੱਠੀਆਂ ਆਈਆਂ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਰੇ ਆਰੋ ਚੈੱਕ ਕਰਕੇ ਗਏ ਔਰ ਚਲਾ ਕੇ ਗਏ। ਨਪਿੰਦਰ ਹੋਰਾਂ ਨੇ ਫਰੀਦਕੋਟ ਦਾ ਜ਼ਿਕਰ ਕੀਤਾ ਸੀਗਾ, ਮੈਂ ਥੋੜਾ ਜਿਹਾ ਹੋਰ ਅੱਗੇ ਫਾਜ਼ਿਲਕਾ ਅਬੋਹਰ ਜਿਹੜਾ ਬਿਲਕੁਲ ਪਾਕਿਸਤਾਨ ਦੀ ਸਰਹੱਦ ਦੇ ਨਾਲ ਇਲਾਕਾ ਲੱਗਦਾ ਵਾ, ਉੱਥੇ ਇਲੈਕਸ਼ਨ ਤੋਂ ਪਹਿਲਾਂ ਅਸੀਂ ਇੱਕ ਸਟੋਰੀ ਵੀ ਦਿਖਾਈ ਸੀਗੀ ਕਿ ਕੁਝ ਪਿੰਡ ਅਜਿਹੇ ਨੇ ਪਾਕਿਸਤਾਨ ਵੀ ਪਾਣੀ ਛੱਡ ਦਿੰਦਾ, ਇਧਰਲੇ ਪਾਸੋਂ ਵੀ ਪਾਣੀ ਆਉਂਦਾ ਵਾ, ਔਰ ਉੱਥੇ ਹਾਲਤ ਇਹ ਹੋ ਗਈ ਹੈ ਕਿ ਜਮਦਾ ਬੱਚੇ ਨੂੰ ਵੀ ਬਿਮਾਰੀ ਲੱਗਣ ਲੱਗ ਪਈ ਹੈ, ਔਰ ਉਹ ਕਹਿੰਦੇ ਕਿ ਸਾਡੇ ਏਰੀਏ 'ਚ ਤਾਂ ਕਦੀ ਕੋਈ ਨਾ ਮੰਤਰੀ ਵੜਿਆ ਨਾ ਕਦੀ MLA ਵੜਿਆ, ਔਰ ਅਸੀਂ ਕਿੱਥੇ ਜਾਈਏ, ਅਸੀਂ ਪਾਕਿਸਤਾਨ ਵਾਲੇ ਪਾਸੇ ਜਾਈਏ, ਅਸੀਂ ਇਸ ਪਾਸੇ ਜਾਈਏ, ਸਾਨੂੰ ਤਾਂ ਬਿਲਕੁਲ ਵੱਖਰਾ ਹੀ ਕਰ ਦਿੱਤਾ। ਉਹ ਸਤਲੁਜ ਦੇ ਨਾਲ ਲੱਗਦਾ ਕਸੂਰ ਦਾ, ਪਾਕਿਸਤਾਨ ਦਾ ਕਸੂਰ ਪੈਂਦਾ ਇਲਾਕਾ, ਔਰ ਹੁਸੈਨੀ ਵਾਲਾ ਬਾਰਡਰ ਦੇ ਨਾਲ ਲੱਗ ਗਿਆ ਸਾਡੇ ਉਹ ਬਿਲਕੁਲ ਇਲਾਕਾ। ਅਸੀਂ ਮੈਂ ਉੱਥੇ ਵਿਜ਼ਿਟ ਕੀਤਾ ਸੀ, ਮੇਰੇ ਅਧਿਕਾਰੀ ਵੀ ਉਹਦੇ ਨਾਲ ਸੀਗੇ, ਇਰੀਗੇਸ਼ਨ ਵੀ ਸੀਗਾ, ਇਰੀਗੇਸ਼ਨ ਦੇ ਅਧਿਕਾਰੀ ਵੀ ਨਾਲ ਸੀਗੇ, ਪਬਲਿਕ ਹੈਲਥ ਦੇ ਵੀ ਨਾਲ ਸੀਗੇ, ਮੈਂ ਲੈ ਕੇ ਗਿਆ ਸੀ। ਔਰ ਉੱਥੇ ਹੁਣ ਗਵਰਨਮੈਂਟ ਹੁੰਦਾ ਕੀ ਹੈ, ਕਸੂਰ ਤੋਂ ਜਿੰਨਾ ਪਾਣੀ ਪਾਕਿਸਤਾਨ ਆਪਣਾ ਮਾੜਾ ਪਾਣੀ ਉੱਥੋਂ ਛੱਡ ਰਹੇ ਸੀ, ਉਹ ਦੁਬਾਰਾ ਘੁੰਮ ਕੇ, ਕਿਉਂਕਿ ਇੰਟਰਨੈਸ਼ਨਲ ਬਾਰਡਰ ਹੈ, ਫੈਕਟਰੀਆਂ ਦਾ ਪਾਣੀ, ਗੰਦਾ ਪਾਣੀ, ਟੈਨਰੀਜ਼ ਉੱਥੇ ਹੈਗੀਆਂ ਬਹੁਤ ਸਾਰੀਆਂ, ਚਮੜੇ ਦਾ ਕੰਮ ਹੈ, ਜਿੱਥੇ ਚਮੜੇ ਦਾ ਕੰਮ ਉੱਥੇ ਬਹੁਤ ਮਾੜੇ ਐਸਿਡ ਯੂਜ਼ ਹੁੰਦੇ ਹੈਗੇ, ਜਿਹੜੇ ਉਹ ਜਿਹੜਾ ਪਾਣੀ ਉਹਨੂੰ ਰੋਕਣ ਦੇ ਲਈ ਵੀ ਉਸੇ ਵੇਲੇ ਅਸੀਂ ਕੀਤਾ ਸੀਗਾ, ਔਰ ਅੱਜ ਉਹ ਪਰਯੋਜਨਾ ਚੱਲਦੀ ਪਈ ਹੈ, ਕਿਉਂਕਿ ਇੰਟਰਨੈਸ਼ਨਲੀ ਜਿਹੜਾ ਪਾਣੀ ਮਿਲਣ ਲੱਗ ਪਿਆ ਉੱਥੇ, ਨਹੀਂ ਉੱਥੇ ਇੱਦਾਂ ਆ ਉਸ ਪਾਣੀ ਨੂੰ, ਕਿਉਂਕਿ ਉਹ ਐਕਚੁਅਲੀ ਸਤਲੁਜ ਦਾ ਪਾਣੀ ਦੁਆਰਾ ਘੁੰਮ ਕੇ ਆਉਂਦਾ, ਪਾਕਿਸਤਾਨ ਦਾ ਥੋੜੇ ਇਲਾਕੇ 'ਚ ਘੁੰਮ ਕੇ ਆਉਂਦਾ। ਸੋਲਿਊਸ਼ਨ ਕੀ ਹੈ ਉਹਦਾ? ਉਹਦਾ ਸੋਲਿਊਸ਼ਨ ਕੱਢਣ ਲਈ ਸਰਕਾਰ ਬਿਲਕੁਲ ਜਿਹੜੀ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹੈ, ਉੱਥੇ ਇੱਕ ਜਿਹੜਾ ਪ੍ਰੋਜੈਕਟ ਹੈ ਉਹਦੇ ਲਿਆਂਦਾ, ਲੇਕਿਨ ਉਹਦੇ ਥੋੜੀ ਜਿਹੀ ਕੰਪਲੀਕੇਸ਼ਨ ਹੈਗੀ, ਲੇਕਿਨ ਜਲਦ ਉਹਨੂੰ ਵੀ ਕੀਤਾ ਜਾਏਗਾ। ਚਿੰਪਾ ਜੀ, ਪਹਿਲਾਂ ਆਪਾਂ ਜਿਹੜੀ ਗੱਲ ਕਰ ਰਹੇ ਸੀ ਉਹ ਥੋੜੀ ਜਿਹੀ ਮੈਨੂੰ ਲੱਗਦਾ ਕਿ ਆਮ ਲੋਕਾਂ ਦੀ ਭਾਸ਼ਾ 'ਚ ਅਜੇ ਕਲੀਅਰ ਨਹੀਂ ਹੋਈ ਹੋਣੀ ਕਿ ਪਾਣੀ ਪਿੰਡਾਂ ਦੇ ਵਿੱਚ ਜਿਵੇਂ ਪਾਣੀ, ਜ਼ਮੀਨੀ ਪਾਣੀ ਖਰਾਬ ਹੈ, ਉਹਨਾਂ ਨੂੰ ਤੁਸੀਂ ਨਹਿਰ ਦੇ ਪਾਣੀ ਨਾਲ ਕਿਵੇਂ ਸਪਲਾਈ ਜੋੜਨੀ ਹੈ, ਔਰ ਕਿਵੇਂ ਨਹਿਰ ਦਾ ਪਾਣੀ ਵੀ ਜੇ ਉੱਥੇ ਜਾਣਾ ਤਾਂ ਟ੍ਰੀਟ ਹੋ ਕੇ ਜਾਣਾ, ਉਹ ਕਿਸ ਹੱਦ ਤੱਕ ਤੁਹਾਡਾ ਪ੍ਰੋਜੈਕਟ ਅੱਗੇ ਵਧਿਆ, ਕਿੱਥੋਂ ਤੱਕ ਪਹੁੰਚਿਆ, ਤੇ ਕਦੋਂ ਹਰ ਪਿੰਡ ਦੇ ਹਰ ਘਰ ਤੱਕ ਉਹ ਪਾਣੀ ਵਾਲੀ, ਸਾਫ਼ ਪਾਣੀ ਵਾਲੀ ਟੂਟੀ ਜਿਹੜੀ ਹੈ ਉਹ ਪਹੁੰਚੇਗੀ? ਦੇਖੋ, ਜਿੱਥੇ ਤਾਂ ਬਹੁਤ ਕੰਪਲੀਕੇਟਡ ਸੀਗਾ ਉੱਥੇ ਪਹਿਲਾਂ RO ਲਗਾਏ ਗਏ ਸੀ ਤੁਹਾਨੂੰ ਦੱਸਿਆ, ਔਰ ਸਰਫੇਸ ਵਾਟਰ ਦੇ ਅਧੀਨ ਸਾਰਿਆਂ ਨੂੰ ਲਿਆ ਜਾ ਰਿਹਾ, ਔਰ ਇਸ ਵੇਲੇ 15 ਤੋਂ ਜ਼ਿਆਦਾ ਜਿਹੜੇ ਪ੍ਰੋਜੈਕਟ ਚੱਲਦੇ ਆ, ਜਿਹ 'ਚੋਂ 2 ਪ੍ਰੋਜੈਕਟ ਜਿਹੜੇ ਹੈ ਉਹ ਜਲਦ ਪੂਰਾ ਹੋਣ ਜਾ ਰਹੇ ਆ, ਔਰ ਮੁੱਖ ਮੰਤਰੀ ਜੀ ਪੰਜਾਬ ਦੀ ਜਨਤਾ ਨੂੰ ਸਮਰਪਿਤ ਕਰੂਗੇ ਉਹਨਾਂ ਨੂੰ। ਪਟਿਆਲੇ ਦੇ ਲਾਗੇ ਪਾਵਰਾ ਹੈਗਾ, ਔਰ ਨਾਨੋਵਾਲ ਹੈਗਾ ਫਤਿਹਗੜ੍ਹ ਸਾਹਿਬ, ਇਹਦੇ ਨਾਲ ਤਕਰੀਬਨ ਨਾਨੋਵਾਲ ਦੇ ਨਾਲ 400 ਪਿੰਡਾਂ ਨੂੰ, ਔਰ ਪਟਿਆਲੇ ਦੇ ਨਾਲ ਲੱਗਦੇ ਤਕਰੀਬਨ 200 ਦੇ ਕਰੀਬ ਪਿੰਡਾਂ ਨੂੰ ਫਾਇਦਾ ਹੋਏਗਾ। ਇੱਦਾਂ ਅਲੱਗ ਅਲੱਗ ਏਰੀਆ ਦੇ ਵਿੱਚ ਸਾਰੇ ਪ੍ਰੋਜੈਕਟ ਹੈ। ਜਿਹੜਾ ਹੁਣ ਤੁਸੀਂ ਫਜ਼ਿਲਕਾ ਦੀ ਗੱਲ ਕੀਤੀ, ਉਹਦੇ 600 ਕਰੋੜ ਰੁਪਏ ਦੀ ਲਾਗਤ, 550-600 ਕਰੋੜ ਰੁਪਏ ਦੀ ਲਾਗਤ ਨਾਲ ਜਿਹੜਾ ਪ੍ਰੋਜੈਕਟ ਸਾਡੀ ਸਰਕਾਰ ਦੇ ਵਿੱਚ ਸ਼ੁਰੂ ਹੋਇਆ ਹੁਣ ਆ ਕੇ, ਉਹਦੇ ਲਈ ਵੀ ਜਿੱਦਾਂ ਅਸੀਂ ਉਹਨਾਂ ਨੂੰ ਲਗਾਤਾਰ ਦੇਖਦੇ, ਜਲਦ ਤੋਂ ਜਲਦ ਪਬਲਿਕ ਦੇ ਹੱਲ ਲੈ ਕੇ ਆਉਂਦੇ, ਉਹਨਾਂ ਨੂੰ ਲਿਆ ਕੇ ਉੱਥੇ ਪਾਣੀ ਨੂੰ ਦੁਬਾਰਾ ਰਿਫਾਈਨ ਕਰਕੇ, ਵੱਡਾ ਨਹਿਰੀ ਪਾਣੀ ਨੂੰ ਦਰਿਆ ਤੋਂ ਲੈ ਕੇ, ਵੱਡੇ ਅਗਰ ਨਹਿਰ ਆਉਂਦੀ ਹੈ ਤਾਂ ਉਹ ਤੋਂ ਪਾਣੀ ਲੈ ਕੇ, ਸਪਲਾਈ ਲੈ ਕੇ, ਉਹਨੂੰ ਲੈ ਕੇ ਉਹਨੂੰ ਦੁਬਾਰਾ ਉਹਨੂੰ ਰਿਫਾਈਨ ਕਰਕੇ, ਠੀਕ ਕਰਕੇ ਉਹਨੂੰ ਸਪਲਾਈ ਕੀਤਾ ਜਾ ਰਿਹਾ ਉਹਨਾਂ ਪਿੰਡਾਂ ਨੂੰ, ਔਰ ਸਰਕਾਰ ਨੇ ਤਕਰੀਬਨ ਪੂਰਾ ਫੋਕਸ ਇਹਦੇ 'ਤੇ ਕਰ ਦਿੱਤਾ। 2300 ਕਰੋੜ ਰੁਪਇਆ ਇਹਦੇ ਲਈ ਸਭ ਤੋਂ ਪਹਿਲਾਂ ਜਾਰੀ ਕੀਤਾ ਗਿਆ ਸਰਕਾਰੀ ਤੌਰ ਦੇ ਉੱਤੇ, ਔਰ ਇਹਦੇ ਵਿੱਚ ਮੈਂ ਕਹਿ ਸਕਦਾ ਵੀ ਜਿਹੜੇ 15 ਪ੍ਰੋਜੈਕਟਾਂ ਦੇ ਵਿੱਚੋਂ ਅਸੀਂ 2024 ਤੱਕ ਅਸੀਂ ਔਰ 2025 ਤੱਕ ਇਹਦੇ ਵਿੱਚੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰੋਜੈਕਟ ਕੰਪਲੀਟ ਹੋ ਜਾਣੇ ਆ ਔਰ ਲੋਕਾਂ ਨੂੰ ਸਮਰਪਿਤ ਹੋ ਜਾਣੇ ਆ, ਬਹੁਤ ਸਾਰਾ ਹੱਲ ਹੋ ਜਾਣਾ। ਇੱਕ ਪੀਣ ਵਾਲੇ ਪਾਣੀ ਦੇ ਨਾਲ ਨਾਲ ਜੀ ਇੱਕ ਹੋਰ ਬੜੀ ਵੱਡੀ ਸਮੱਸਿਆ ਪਿੰਡਾਂ ਦੇ ਵਿੱਚ, ਸਵੇਰੇ ਬਾਹਰ ਜਾਣ ਦੀ ਪਖਾਨੇ ਦੀ ਸਮੱਸਿਆ,
ਉਹਦੇ ਨਾਲ ਵੀ ਨਜਿੱਠਣ ਨੂੰ ਲੈ ਕੇ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਸੂਬਾ ਸਰਕਾਰ ਹੋਵੇ, ਕਈ ਪ੍ਰੋਜੈਕਟ ਵੀ ਲਿਆਂਦੇ ਗਏ, ਦਾਅਵੇ ਵੀ ਕੀਤੇ ਗਏ, ਤਾਂ ਉਹਦੇ ਉਹਨੂੰ ਲੈ ਕੇ ਦੇਖੋ ਲੋਕਾਂ ਨੂੰ ਜਾਗਰੂਕ ਵੀ ਕਰਨਾ ਪੈਣਾ ਤੇ ਉਹਨਾਂ ਨੂੰ ਫੈਸਿਲਿਟੀ ਵੀ ਦੇਣੀ ਪੈਣੀ ਹੈ, ਯਾਨੀ ਸਹੂਲਤ ਵੀ ਦੇਣੀ ਪੈਣੀ ਹੈ। ਉਹ ਪ੍ਰੋਜੈਕਟ ਤੁਹਾਡੇ ਕਿੱਥੇ ਪਹੁੰਚੇਗੇ? ਪੰਜਾਬ ਦੇ ਪਿੰਡ ਪਖਾਨਾ ਮੁਕਤ ਹੋ ਜਾਣ, ਲੋਕ ਬਾਹਰ ਜਾਣੋ ਹਟ ਜਾਣ, ਸਫਾਈ ਹੋਵੇ। ਦੇਖੋ ਪੰਜਾਬ ਇਸ ਵੇਲੇ ਦੇਸ਼ ਦਾ ਪੰਜਵਾਂ ਸੂਬਾ ਆ ਜਿਹਦੇ 'ਚ ਇਹ ਪ੍ਰੋਜੈਕਟ ਪੂਰੇ ਪੂਰਨ ਤੌਰ 'ਤੇ ਹੋਏ ਆ। ਹੋ ਸਕਦਾ ਕਿਸੇ ਪਿੰਡਾਂ 'ਚ ਉੱਦਾਂ ਕੋਈ ਕੰਪਲੇਂਟ ਹੋਵੇ, ਲੇਕਿਨ ਜਿਹੜਾ ਸੈਂਟਰ ਸਰਕਾਰ ਦਾ ਡਾਟਾ ਆ ਉਹਦੇ ਮੁਤਾਬਿਕ ਵੀ ਜਿਹੜਾ ਹੈ ਅਸੀਂ ਤਕਰੀਬਨ ODF ਪਲੱਸ ਹੋ ਚੁੱਕਾ, 11,000 ਤੋਂ ਜ਼ਿਆਦਾ ਪਿੰਡ ਜਿਹੜੇ ODF ਪਲੱਸ ਵੀ ਹੋ ਗਏ ਆ। ਤੋ ਸਾਡੇ ਲਈ ਇਹ ਇਸ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਦੀ ਰਿਪੋਰਟ ਤੋਂ ਬਾਅਦ ਇਹ ਗੱਲ ਕੀਤੀ ਹੈ ਔਰ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਸੀ ਸਾਰਿਆਂ ਲਈ। ਔਰ ਹਰ ਘਰ ਜਲ ਯੋਜਨਾ ਦੇ ਵਿੱਚ ਸਰਟੀਫਾਈ ਹੋਣ ਦੇ ਵਿੱਚ ਵੀ ਅਸੀਂ ਇਸ ਵੇਲੇ ਬਹੁਤ ਟੌਪ 'ਤੇ, ਮੈਂ ਕਹਾਂ ਸਾਂ ਦੂਜੇ ਤੀਜੇ ਨੰਬਰ 'ਤੇ ਹਾਂ ਪੂਰੇ ਹਿੰਦੁਸਤਾਨ ਦੇ ਵਿੱਚ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਅਗਰ ਕਮਿਊਨਿਟੀ ਟੋਇਲਟ ਵੀ ਅਸੀਂ ਬਣਾ ਰਹੇ ਹਾਂ ਔਰ ਤਕਰੀਬਨ 150 ਕਰੋੜ ਰੁਪਏ ਦੀ ਰਾਸ਼ੀ ਸਿਰਫ ਇਹਦੇ ਲਈ ਜਾਰੀ ਕੀਤੀ, ਸੈਂਕਸ਼ਨ ਕੀਤੀ ਗਈ ਆ, 50 ਕਰੋੜ ਰੁਪਏ ਦੀ ਰਾਸ਼ੀ ਕਮਿਊਨਿਟੀ ਟੋਇਲਟ ਲਈ ਅਲੱਗ ਕੀਤੀ ਗਈ ਆ। ਜਿਹਦਾ ਹੁਣ ਤੁਹਾਨੂੰ ਦੱਸਣਾ ਚਾਹੁੰਦਾ, ਮਾਨਯੋਗ ਮੁੱਖ ਮੰਤਰੀ ਫਤਿਹਗੜ੍ਹ ਸਾਹਿਬ ਗਏ ਸੀ, ਉੱਥੇ ਸਾਹਿਬਜ਼ਾਦਿਆਂ ਦੇ ਸਾਡਿਆਂ ਦੇ ਉੱਥਾ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੇ ਤਕਰੀਬਨ ਮੁੱਖ ਮੰਤਰੀ ਜੀ ਗਏ, ਉੱਥੇ ਏਡੀ ਭਾਰੀ ਸੰਗਤ ਆਉਂਦੀ ਹੈ, ਤੁਰੰਤ ਉੱਥੇ ਸਾਰੀ ਆਉਣ ਵਾਲੀ ਸੰਗਤ ਦੇ ਲਈ 8 ਕਰੋੜ ਰੁਪਇਆ ਮੁੱਖ ਮੰਤਰੀ ਨੇ ਜਾਰੀ ਕੀਤਾ ਸੀ ਉੱਥੇ। ਔਰ ਉੱਥੇ ਕਿਉਂਕਿ ਸੰਗਤ ਜਦੋਂ ਆਉਣੀ ਏਡੀ ਭਾਰੀ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਟੋਇਲਟਸ ਦੀ ਜ਼ਰੂਰਤ ਹੁੰਦੀ, ਕਿਸੇ ਵੀ ਆਦਮੀ ਨੂੰ ਅਸੀਂ ਕਿਤੇ ਵੀ ਜਾਈਏ ਤਾਂ ਉਹਦੇ ਲਈ ਪ੍ਰਬੰਧ ਕੀਤਾ ਗਿਆ। ਔਰ ਵਿਸ਼ੇਸ਼ ਤੌਰ 'ਤੇ ਮੇਰੀ ਡਿਊਟੀ ਲੱਗੀ ਸੀ ਉੱਥੇ ਜਾ ਕੇ ਦੇਖ ਕੇ ਆਓ, ਉੱਥੇ ਅਸੀਂ ਕਿਹਾ ਸੀ ਔਰ ਉੱਥੇ ਕੰਮ ਚੱਲ ਰਿਹਾ, ਐਤਕੀ ਸੰਗਤ ਨੇ ਬਹੁਤ ਉੱਥੇ ਵਿਸ਼ੇਸ਼ ਲਾਭ ਉਠਾਇਆ। ਇੱਕ CM ਸਾਹਿਬ ਨੇ ਕਿਹਾ ਸੀਗਾ ਕਿ ਜਿਹੜੀ ਰਜਿਸਟਰੀ ਦੇ ਵਿੱਚ ਸ਼ਬਦ ਨੇ ਫਾਰਸੀ ਦੇ ਉਰਦੂ ਦੇ, ਲੋਕਾਂ ਨੂੰ ਸਮਝ ਨਹੀਂ ਆਉਂਦੇ, ਉਹ ਪਤਾ ਹੀ ਨਹੀਂ ਚੱਲਦਾ ਕਿ ਜ਼ਮੀਨ ਕੌਣ ਕਿਵੇਂ ਕਿੱਦਾਂ ਲੈ ਗਿਆ। ਸੌਖੇ ਸ਼ਬਦ ਪੰਜਾਬੀ ਦੇ ਸ਼ਬਦ ਉਹ ਅਸੀਂ ਸ਼ੁਰੂ ਕਰ ਰਹੇ ਹਾਂ, ਉਹ ਓਫੀਸ਼ੀਅਲ ਤੌਰ 'ਤੇ ਸ਼ੁਰੂ ਹੋ ਗਏ ਕਿ ਹੁਣ ਫਾਰਸੀ ਉਰਦੂ ਦੇ ਸ਼ਬਦ ਖਤਮ ਹੋ ਗਏ, ਲੋਕਾਂ ਨੂੰ ਸੌਖੀ ਭਾਸ਼ਾ ਦੇ ਵਿੱਚ ਹੁਣ ਪਤਾ ਲੱਗ ਜਾਏਗਾ ਕਿ ਇੰਨੇ ਮਰਲੇ ਜਾਂ ਇੰਨੀ ਜਗ੍ਹਾ ਸਾਡੀ ਹੈ। ਬਿਲਕੁਲ, ਮੁੱਖ ਮੰਤਰੀ ਜੀ ਨੇ ਤਾਂ ਬਹੁਤ ਕਈ ਵਾਰੀ ਆਪਣੇ ਆਪ ਹੀ ਉਹਨਾਂ ਨੇ ਗੱਲ ਕੀਤੀ ਸੀ ਵੀ ਇਹਨੂੰ ਲੋਕਾਂ ਨੂੰ ਸਿੰਪਲੀਫਾਈ ਕਰਕੇ ਦਿੱਤਾ ਜਾਵੇ ਤਾਂ ਕਿ ਇੱਕ ਘਰ ਦਾ ਛੋਟਾ ਬੱਚਾ ਵੀ ਅਗਰ ਰਜਿਸਟਰੀ 'ਚ ਆਵੇ ਪੜ੍ਹ ਕੇ ਉਹਨੂੰ ਪਤਾ ਲੱਗ ਜਾਵੇ, ਤਾਂ ਆਪਣੇ ਬੜੇ ਨੂੰ ਪੜ੍ਹ ਕੇ ਸੁਣਾਉਣਾ ਚਾਹੇ ਵੀ ਚਾਹ ਲਿਖਿਆ, ਔਰ ਉਹਨਾਂ ਜਿਹੜਾ ਤਰਜਮਾ ਨਾ ਕੱਢਣਾ ਪਵੇ ਕਿਸੇ ਨੂੰ ਆ ਕੇ ਵੀ ਆਹ ਕੀ ਜੀ ਆਹ ਲਫ਼ਜ਼ ਕੀ ਹੈ। ਸੋ ਉਹਦੇ ਲਈ ਇੱਕ ਜਿਹੜਾ ਪਰਫੋਰਮਾ ਜਾਰੀ ਕੀਤਾ ਗਿਆ ਔਰ ਉਹਨੂੰ ਬੜਾ ਸਿੰਪਲੀਫਾਈ ਕੀਤਾ, ਉਸ ਵੇਲੇ ਤਹਿਸੀਲਾਂ ਦੇ ਵਿੱਚ ਲਾਗੂ ਵੀ ਹੈ। ਅੱਛਾ, ਇਹਨਾਂ ਦੀ ਗੱਲ ਮੈਂ ਕੰਟੀਨਿਊ ਕਰਦਾ, ਹੁਣ ਤੁਸੀਂ ਕਰ ਰਹੇ ਹੋ ਪਰ ਪਿਛਲਾ ਰਿਕਾਰਡ ਮੈਂ ਤੁਹਾਨੂੰ ਕੱਲ੍ਹ ਦੀ ਦੱਸਦਾ, ਘਰੇ ਹੀ ਮੈਂ ਦੇਖ ਰਿਹਾ ਸੀ ਸਾਡੇ ਜ਼ਮੀਨ ਦੀ ਜਮ੍ਹਾਂਬੰਦੀ, ਤਾਂ ਮੈਨੂੰ ਥੋੜ੍ਹੀ ਜਿਹੀ ਪੜ੍ਹ ਕੇ ਮੈਂ ਤੁਰੰਤ ਹੀ ਫਾਦਰ ਸਾਹਿਬ ਨੂੰ ਕਹਿਤਾ ਜੀ ਤੁਸੀਂ ਵੇਖੋ ਮੇਰੀ ਸਮਝ ਤੋਂ ਤਾਂ ਬਾਹਰ ਹੈ, ਬਾਹਕ ਬਾ ਵਾ ਕਿਆ ਉਹ ਮੇਰੇ ਤੋਂ ਸਮਝ ਆਇਆ ਨਹੀਂ। ਇਹ ਜਿਹੜਾ ਪੁਰਾਣਾ ਰਿਕਾਰਡ ਹੈ ਇਹ ਸਾਰਾ ਅਪਡੇਟ ਹੋਏਗਾ, ਫਿਰ ਪੁਰਾਣੇ ਸ਼ਬਦ ਜਿਹੜੇ ਨੇ ਉਹ ਵੀ ਠੀਕ ਕੀਤੇ ਜਾਣਗੇ, ਕਿਉਂਕਿ ਜੇ ਅਸੀਂ ਸਾਰਾ ਦਿਨ ਤੁਹਾਨੂੰ ਵੀ ਮਿਲਦੇ ਹਾਂ ਜਾਂ ਹੋਰ ਵੀ ਸਮਝਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਸਮਝ ਤਾਂ ਸਾਡੇ ਨਹੀਂ ਆਉਂਦਾ ਬਾਹਕ, ਅਤੇ ਸਾਨੂੰ ਇਹ ਨਹੀਂ ਪਤਾ ਲੱਗਦਾ ਲੋਨ ਚੜਾਇਆ ਕਿ ਲੈ ਗਿਆ, ਇਹ ਨਹੀਂ ਰਿਕਾਰਡ 'ਚ ਪਤਾ ਲੱਗਦਾ। ਦੇਖੋ ਬੜਾ ਲੰਬਾ ਪ੍ਰੋਸੈਸ ਹੈ, ਲੇਕਿਨ ਇਹਨੂੰ ਟਾਈਮ ਲੱਗੇਗਾ, ਲੇਕਿਨ ਜਿਹੜਾ ਹੁਣ ਹੋ ਰਿਹਾ ਨਵੇਂ ਸਿਰੇ ਤੋਂ ਜਿਹੜਾ ਤੁਹਾਡੇ ਕੋਲ ਆਏਗਾ ਉਹਦੇ ਵਿੱਚ ਤਾਂ ਇਹ ਸਮੱਸਿਆ ਹੱਲ ਕਰਤੀ ਗਈ ਹੈ। ਲੇਕਿਨ ਐਡੇ ਉਹਨੂੰ ਸਾਰੇ ਨੂੰ ਕਰਨਾ ਦੁਆਰਾ ਉਹ ਥੋੜ੍ਹਾ ਟਾਈਮ ਜ਼ਰੂਰ ਲੱਗ ਸਕਦਾ, ਲੇਕਿਨ ਸਰਕਾਰ ਉਹ 'ਤੇ ਵੀ ਕੋਸ਼ਿਸ਼ ਕਰੇਗੀ। ਹਾਂ, ਪਲੈਨਿੰਗ ਜ਼ਰੂਰ ਉਹਦੇ ਇਹਦੇ ਲਈ ਵੀ ਪਲੈਨ ਜ਼ਰੂਰ ਕਰਕੇ ਇਹਨੂੰ ਵੀ ਕੀਤਾ ਜਾਏਗਾ, ਸਿੰਪਲੀਫਾਈ ਕੀਤਾ ਜਾਏਗਾ ਸਾਰਾ ਸਾਰੇ ਰਿਕਾਰਡ ਨੂੰ ਕਰਨਾ, ਬਹੁਤ ਬੜੀ ਗੱਲ ਹੁੰਦੀ ਹੈ ਲੇਕਿਨ ਉਹਨੂੰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਸਵਾਲ ਹੋਰ ਹੈ ਕਿ ਇਲੀਗਲ ਕਲੋਨੀ, ਪਤਾ ਹੀ ਨਹੀਂ ਲੋਕਾਂ ਨੂੰ ਹੁੰਦਾ ਇਲੀਗਲ ਹੈ ਕਿਵੇਂ ਹੈ ਕਿਵੇਂ ਨਹੀਂ, ਪ੍ਰਾਈਵੇਟ ਬਿਲਡਰ ਜਿਹੜੇ ਹੈ ਉਹ ਵੇਚ ਜਾਂਦੇ ਆ,
ਉਹਨਾਂ ਦੀ ਰਜਿਸਟਰੀ ਨਹੀਂ ਹੋ ਪਾਉਂਦੀ, ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਪਾਵਰ ਆਫ ਅਟਾਰਨੀ ਤਾਂ ਹੋ ਜਾਂਦੀ ਹੈ, ਉਹਨਾਂ ਲਈ ਕੀ ਕੋਈ ਪਲਾਨ ਹੈ, ਵਨ ਟਾਈਮ ਸੈਟਲਮੈਂਟ ਜਾਂ ਕੋਈ ਇਸ ਤਰੀਕੇ ਦਾ ਪਲਾਨ ਹੈ, ਜਾਂ ਜਿਹੜੇ ਪ੍ਰਾਈਵੇਟ ਬਿਲਡਿੰਗ ਆ ਪ੍ਰਾਈਵੇਟ ਕਲੋਨੀ ਕੱਟ ਗਏ ਉਹਨਾਂ ਦੇ ਉੱਤੇ ਕੋਈ ਐਕਸ਼ਨ ਹੋਣ ਜਾ ਰਿਹਾ? 16,000 ਤੋਂ ਜ਼ਿਆਦਾ ਇਲੀਗਲ ਕਲੋਨੀਆਂ ਪੰਜਾਬ ਦੇ ਵਿੱਚ ਇਹਨਾਂ ਸਰਕਾਰਾਂ ਨੇ, ਮੈਨੂੰ ਲੱਗਦਾ ਇਹਨਾਂ ਦਾ ਜਿਹੜੇ ਉਸ ਵੇਲੇ ਦੇ ਮੌਕੇ ਦੇ ਲੀਡਰ ਸੀਗੇ ਇਹਨਾਂ ਦਾ ਆਪਣਾ ਹੀ ਕਾਰੋਬਾਰ ਸੀਗਾ, ਇਹ ਦੇਖਣ 'ਚ ਆਇਆ ਹੈਗਾ ਵੀ ਹੈ। ਔਰ ਇਸ ਕਰਕੇ ਲੋਕਾਂ ਨੂੰ ਜੋ ਦੱਸਿਆ ਜਾਂਦਾ ਸੀ ਮਿਲਦਾ ਨਹੀਂ ਸੀ, ਜਿੱਥੇ ਕਿਹਾ ਜਾਂਦਾ ਸੀ ਇੱਥੇ ਪਾਰਕ ਦਾ ਉਹ ਪਾਰਕ ਨਹੀਂ ਸੀ ਹੁੰਦੀ, ਬਾਅਦ 'ਚ ਉਹਨੂੰ ਵੀ ਵੇਚ ਦਿੱਤਾ ਜਾਂਦਾ ਸੀ। ਜੇ ਕਿਹਾ ਜਾਂਦਾ ਸੀ ਸੀਵਰ 2 ਇੰਚ ਦਾ ਪਾਈਪ ਪਾ ਕੇ ਦਿਖਾ ਕੇ ਲੋਕਾਂ ਨੂੰ ਸਿਰਫ ਲੀਪਾ ਪੋਛੀ ਕੀਤੀ ਜਾਂਦੀ ਬਿਜਲੀ ਦੇ ਕਨੈਕਸ਼ਨ, ਉਹਦੇ ਵਿੱਚ ਬੜੀ ਲੰਬੀ ਭਾਰੀ ਸਮੱਸਿਆ ਸੀ। ਲੋਕ ਪਲਾਟ ਖਰੀਦ ਚੁੱਕੇ ਆ, ਬਹੁਤ ਜਗ੍ਹਾ ਦੇ ਉੱਤੇ ਕਲੋਨੀਆਂ ਬਣ ਚੁੱਕੀਆਂ ਸੀ, ਘਰ ਬਣ ਚੁੱਕੇ ਸੀ, ਔਰ ਇਹਨਾਂ ਨੇ ਇਹਨੂੰ ਛੱਡ ਦਿੱਤਾ। ਔਰ ਹਾਈ ਕੋਰਟ ਨੂੰ ਇੱਥੇ ਸੰਗਿਆਨ ਲੈਣਾ ਪਿਆ, ਉਹਨਾਂ ਨੇ ਇਹਦੇ 'ਚ ਇੱਕ ਪਾਪਰ ਐਕਟ ਦੇ ਅਧੀਨ ਜਿਹੜਾ ਸਰਕਾਰ, ਦੇਖੋ ਇਹ 1995 ਤੋਂ ਇਹ ਚੱਲਿਆ ਆ ਰਿਹਾ ਸੀ ਮਸਲਾ, ਇਹਨਾਂ ਨੇ ਉਹਨੂੰ ਕਦੀ ਵੀ ਸਿੰਪਲੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਮਾਨਯੋਗ ਹਾਈ ਕੋਰਟ ਦਾ ਵੀ ਅਸੀਂ ਸਾਰੇ ਆਦੇਸ਼ ਜਿਹੜੇ ਉਹਨਾਂ ਦਾ ਪਾਲਣ ਵੀ ਅਸੀਂ ਕਰਨਾ, ਅਤੇ ਉਹਦੇ ਦੇ ਉੱਤੇ ਕਿਉਂਕਿ ਬਹੁਤ ਵੱਡੀ ਉਹਦੇ 'ਤੇ ਜ਼ਿੰਮੇਵਾਰੀ ਸਰਕਾਰ 'ਤੇ ਆ ਜਾਂਦੀ, ਕਿਉਂਕਿ ਲੀਗਲ ਮੈਟਰਸ ਨੂੰ ਅੱਗੇ ਰੱਖ ਕੇ ਹੀ ਇਹਨੂੰ ਸਿੰਪਲੀਫਾਈ ਕੀਤਾ ਜਾ ਸਕਦਾ। ਇਹ ਤਾਂ ਟਾਈਮ ਲੱਗ ਰਿਹਾ, ਅੱਜ ਲੋਕ NOC ਲਈ ਤੰਗ ਜ਼ਰੂਰ ਹੈਗੇ ਕਿਸੇ, ਲੇਕਿਨ ਸਰਕਾਰ ਨੇ ਤੁਰੰਤ 7,000 ਤੋਂ ਜ਼ਿਆਦਾ ਪਿੰਡ ਜਿਹੜੇ ਸੀ NOC ਤੋਂ ਬਾਹਰ ਕਰ ਦਿੱਤੇ ਉਸੇ ਵੇਲੇ ਜੋ ਸਰਕਾਰ ਦੀ ਨੌਲੇਜ 'ਚ ਆਇਆ। ਪਰ ਜਿੱਥੇ ਆਲਰੇਡੀ ਇਹ ਲੋਕ ਖਰੀਦ ਚੁੱਕੇ ਸੀ, ਲੋਕਾਂ ਨੂੰ ਵੀ ਤਕਲੀਫ ਨਾ ਹੋਵੇ ਔਰ ਹਾਈ ਕੋਰਟ ਦੇ ਨਿਯਮਾਂ ਦੀ ਪਾਲਣਾ ਵੀ ਹੋਵੇ, ਦੋ ਚੀਜ਼ਾਂ ਸਰਕਾਰ ਦੇ ਮੂਹਰੇ ਆ ਗਈਆਂ, ਲੇਕਿਨ ਉਹਨਾਂ ਦੇ ਲਈ ਵੀ ਕੰਮ ਚੱਲ ਰਿਹਾ ਔਰ ਜਲਦ ਜਿਹੜਾ ਹੈ ਸਰਕਾਰ ਇੱਥੇ ਵੀ ਇੱਕ ਕੋਈ ਨਾ ਕੋਈ ਵੱਡਾ ਰਿਜ਼ਲਟ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਮਿਲੇਗਾ, ਤਾਂ ਕਿ ਲੋਕਾਂ ਨੂੰ ਇਸ ਮਾਮਲੇ 'ਚ ਵੀ ਦਿੱਕਤ ਨਾ ਆਵੇ। ਬਹੁਤ ਬਹੁਤ ਸ਼ੁਕਰੀਆ ਜਿੰਪਾ ਜੀ। ਜਿੱਦਾਂ ਕਈ ਸਮੱਸਿਆਵਾਂ ਐਸੀਆਂ ਹੁੰਦੀਆਂ ਜਿਹੜੀਆਂ ਖੜੀਆਂ ਤਾਂ ਕਿਸੇ ਹੋਰ ਦੀਆਂ ਕੀਤੀਆਂ ਹੁੰਦੀਆਂ, ਜਿਹਨਾਂ ਨੇ ਪੈਸੇ ਪੂਸੇ ਇਕੱਠੇ ਕਰ ਲਏ ਕਮਾ ਲਏ, ਪਰ ਉਹ ਭੁਗਤਦੇ ਆਮ ਲੋਕ ਨੇ ਜਿਨ੍ਹਾਂ ਵਿਚਾਰਿਆਂ ਦਾ ਕਸੂਰ ਕੋਈ ਨਹੀਂ। ਪਰ ਆਹ ਸਹੀ ਕਰਦੇ ਹਾਂ ਕਿ ਤੁਹਾਨੂੰ ਜ਼ਿੰਮੇਵਾਰੀ ਪੰਜਾਬ ਦੇ ਆਮ ਲੋਕਾਂ ਨੇ ਤਾਂ ਹੀ ਦਿੱਤੀ ਹੈ ਕਿ ਹੁਣ ਜਿਹੜੀਆਂ ਸਮੱਸਿਆਵਾਂ ਜੇ ਕਿਸੇ ਦੇ ਕਰਕੇ ਖੜੀਆਂ ਹੋਈਆਂ ਉਹਨਾਂ ਸਮੱਸਿਆਵਾਂ ਤੋਂ ਖਹਿੜਾ ਛੁੱਟ ਜੇ ਅਤੇ ਲੋਕਾਂ ਦੇ ਕੰਮ ਵੀ ਸੌਖੇ ਹੋਣ ਅਤੇ ਥੋੜ੍ਹੀ ਬਹੁਤੀ ਰਾਹਤ ਵੀ ਮਿਲੇ। ਜ਼ਿੰਮੇਵਾਰੀ ਵੱਡੀ ਹੈ ਜੀ, ਲੋਕਾਂ ਦੀਆਂ ਉਮੀਦਾਂ ਬੜੀਆਂ ਨੇ, ਉਹਨਾਂ ਉਮੀਦਾਂ 'ਤੇ ਖਰੇ ਉਤਰਨ ਦੇ ਲਈ ਤੁਹਾਨੂੰ ਅੱਗੇ ਆਉਣਾ ਪੈਣਾ ਹੈ। ਬਹੁਤ ਬਹੁਤ ਸ਼ੁਕਰੀਆ ਜਿੰਪਾ ਜੀ, ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਹੈ ਜੀ। ਔਰ ਪੰਜਾਬ ਦੇ ਲੋਕਾਂ ਦੇ ਲਈ, ਉਹਨਾਂ ਨੂੰ ਕਿਸੇ ਕਿਸਮ ਦਾ ਕਸ਼ਟ ਨਾ ਹੋਵੇ, ਬਾਰ ਬਾਰ ਜਾਣਾ ਨਾ ਪਏ, ਉਹਦੇ ਲਈ ਸਰਕਾਰ ਕੰਮ ਕਰ ਰਹੀ ਹੈ ਔਰ ਮੁੱਖ ਮੰਤਰੀ ਜੀ ਦਾ ਵੀ ਆਦੇਸ਼ ਹੈ, ਕਰਦੇ ਰਹਾਂਗੇ, ਲੋਕਾਂ ਨੂੰ ਤਕਲੀਫ ਨਹੀਂ ਆਏਗੀ। ਧੰਨਵਾਦ, ਜੈ ਹਿੰਦ। ਆਸਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ, ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਕਿ ਸੂਬੇ ਦਾ ਰੈਵਨਿਊ ਕਿਵੇਂ ਜਨਰੇਟ ਕਰਨਾ ਹੈ ਤਾਂ ਜੋ ਲੋਕਾਂ ਦਾ ਵੈਲਬਿੰਗ ਯਾਨੀ ਕਿ ਪੰਜਾਬ ਦਾ ਵੈਲਬਿੰਗ ਹੋ ਸਕੇ। ਤੇ ਇਸ ਵਿਚਾਰੇ ਨਾਓ ਆਈ ਵੁੱਡ ਲਾਈਕ ਟੂ ਰਿਕੁਐਸਟ ਮਾਈ ਕੁਲੀਗਸ ਨਪਿੰਦਰ ਬਰਾੜ ਐਂਡ ਪੰਕਜ ਕਪਾਹੀ ਟੂ ਫੈਸਿਲਿਟੇਟ ਆਰ ਰੈਵਨਿਊ। ਰਾਮਸ਼ੰਕਰ ਜਿੰਪਾ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਨਿਊਜ਼ 18 ਦੇ ਮੰਚ ਤੇ ਜੁੜੇ। ਬਹੁਤ ਬਹੁਤ ਸ਼ੁਕਰੀਆ ਪੰਕਜ ਕਪਾਹੀ, ਬਹੁਤ ਬਹੁਤ ਸ਼ੁਕਰੀਆ ਨਪਿੰਦਰ ਬਰਾੜ।